हाँ जी, ता आज आप स्टार्ट कर रहे हैं मॉडर्न इंडिया के कुछ इंपोर्टेंट फैक्ट्स, सीधे सीधे स्टैटिक क्वेश्चंस ने जो एग्जाम में भी चलते हैं, ठीक है। आज आप उन्होंने सारे डिस्कस करा। लो जी, तो पहला क्वेश्चन देखो जी, फर्स्ट क्वेश्चन अपने पास हैगा कि पायनियर ऑफ रॉकेट टेक्नोलॉजी इन इंडिया, इंडिया के सब तो पहला रॉकेट टेक्नोलॉजी किने शुरू की थी, एक की थी जी टीपू सुल्तान के टाइम, जो आप पढ़िया ने ना बंगाल सब तो वड्डी प्रेसीडेंसी सी।
ਠੀਕ ਹੈ ਅਮਰ ਪੜਿਆ ਸੀ ਨਾ ਕਿ ਇਹਨਾਂ ਦਾ ਉਸ ਟਾਈਮ ਦਾ ਬੰਗਾਲ ਅੱਜ ਦੇ ਬੰਗਾਲ ਬਿਹਾਰ ਤੇ ਉੜੀਸਾ ਵਰਗਾ ਸੀਗਾ ਤਾਂ ਇਸੇ ਲਈ ਇਹ ਜ਼ਿਆਦਾ ਇੰਪੋਰਟੈਂਟ ਹੋ ਜਾਂਦੀ ਹੈ ਇਹਨਾਂ ਦੋਨਾਂ ਦੇ ਨਾਲ ਇੱਥੇ ਇਹਨਾਂ ਨੂੰ ਜ਼ਿਆਦਾ ਰੈਵਨਿਊ ਕੀ ਹੁੰਦਾ ਹੈ ਜੀ ਕਲੈਕਟ ਹੁੰਦਾ ਸੀ ਤਾਂ ਸਭ ਤੋਂ ਪਹਿਲਾਂ ਇਹਨਾਂ ਨੇ ਕੀ ਕੀਤਾ ਜੀ ਪਹਿਲਾਂ ਗਵਰਨਰ ਅਪਾਇੰਟ ਕੀਤਾ ਬੰਗਾਲ ਦਾ ਔਰ ਇਹਨਾਂ ਦੋਨਾਂ ਦੇ ਆਪਾਂ ਪੜ੍ਹਦੇ ਨਹੀਂ ਕਿਉਂਕਿ ਇਹ ਜ਼ਿਆਦਾ ਇੰਪੋਰਟੈਂਟ ਨਹੀਂ ਹੈਗੀ ਉਹ ਵੱਡੀ ਹੈ ਦੈਟਸ ਵਾਈ ਆਪਾਂ ਉਹਨੂੰ ਪੜ੍ਹਦੇ ਆ ਤਾਂ ਪਹਿਲਾ ਗਵਰਨਰ ਕੌਣ ਸੀਗਾ ਜੀ ਬੰਗਾਲ ਦਾ ਰਾਬਰਟ ਕਲਾਈਵ ਠੀਕ ਹੈ ਫਿਰ ਇਹਨਾਂ ਨੇ ਕੀ ਕੀਤਾ ਫਰਸਟ ਗਵਰਨਰ ਜਨਰਲ ਆਫ ਬੰਗਾਲ ਕੀ ਕਰਤਾ ਅਪਾਇੰਟ ਕਰਤਾ ਫਰਸਟ ਗਵਰਨਰ ਜਨਰਲ ਆਫ ਮਤਲਬ ਕੀ ਕੀਤਾ ਇਹ ਨੂੰ ਦੇਖ ਕੇ ਵੀ ਕਾਫੀ ਵੱਡਾ ਇਹਨੂੰ ਐਡਮਿਨਿਸਟ੍ਰੇਟ ਕਰਨਾ ਔਖਾ ਹੈ ਤਾਂ ਇਹਦਾ ਜਿਹੜਾ ਟਾਈਟਲ ਉਹਨਾਂ ਨੇ ਵੱਡਾ ਕਰਤਾ ਫਰਸਟ ਗਵਰਨਰ ਜਨਰਲ ਆਫ ਬੰਗਾਲ ਠੀਕ ਹੈ ਟਾਈਟਲ ਚੇਂਜ ਹੋ ਗਿਆ ਤਾਂ ਉਹ ਕਿਹੜਾ ਸੀਗਾ ਵੌਨ ਹੇਸਟਿੰਗ ਫਿਰ ਇਹਨਾਂ ਨੇ ਟਾਈਟਲ ਕੀ ਕਰਤਾ ਫਰਸਟ ਗਵਰਨਰ ਜਨਰਲ ਆਫ ਇੰਡੀਆ ਹੁਣ ਇਹਨਾਂ ਨੇ ਇਸ ਵਾਰ ਕੀ ਕੀਤਾ ਜਿਹੜੀਆਂ ਆਹ ਦੋਨੋਂ ਪ੍ਰੈਸੀਡੈਂਸੀ ਸੀਗੀਆਂ ਕਿਹਦੇ ਕੰਟਰੋਲ ਅੰਡਰ ਕਰਦੀਆਂ ਬੰਗਾਲ ਦੇ ਕਿਉਂਕਿ ਬੰਗਾਲ ਬਹੁਤ ਜ਼ਿਆਦਾ ਵੱਡਾ ਸੀਗਾ ਔਰ ਉਹਨੂੰ ਸੰਭਾਲਣਾ ਵੀ ਜ਼ਰੂਰੀ ਸੀਗਾ ਤਾਂ ਇੱਥੇ ਟਾਈਟਲ ਇਹਨਾਂ ਨੇ ਚੇਂਜ ਕਰਕੇ ਕੀ ਕਰਤਾ ਗਵਰਨਰ ਜਨਰਲ ਆਫ ਇੰਡੀਆ ਪੂਰੇ ਇੰਡੀਆ ਦਾ ਗਵਰਨਰ ਜਨਰਲ ਔਰ ਉਹਦੇ ਅੰਡਰ ਬੰਬੇ ਤੇ ਮਦਰਾਸ ਵੀ ਕੀ ਆ ਗਿਆ ਉਹਦੇ ਅੰਡਰ ਹੀ ਆ ਗਿਆ ਠੀਕ ਹੈ ਤਾਂ ਪਹਿਲਾ ਗਵਰਨਰ ਜਨਰਲ ਆਫ ਇੰਡੀਆ ਕੌਣ ਸੀਗਾ ਜੀ ਵਿਲੀਅਮ ਬੈਂਟਿਕ ਸੀਗਾ ਤੁਹਾਨੂੰ ਕੁਐਸਚਨ ਇੰਨਾ ਐਵੇਂ ਨਹੀਂ ਪੁੱਛੇਗਾ ਜਿਵੇਂ ਮੈਂ ਸਮਝਾਇਆ ਮਤਲਬ ਥੋੜੀ ਮਤਲਬ ਬੇਸ ਬਣਾਉਣ ਲਈ ਮੈਂ ਸਮਝਾ ਰਹੀ ਹਾਂ ਉਹ ਕੁਐਸਚਨ ਐਵੇਂ ਡਾਇਰੈਕਟ ਪੁੱਛੇਗਾ ਕਿ ਗਵਰਨਰ ਆਫ ਬੰਗਾਲ ਕਿਹੜਾ ਸੀਗਾ ਆਬਵੀਅਸਲੀ ਕਲਾਈਵ ਸੀਗਾ ਫਿਰ ਉਹ ਕੀ ਕਹੇਗਾ ਫਿਰ ਟਾਈਟਲ ਚੇਂਜ ਕਰਦਾ ਸੀਗਾ ਗਵਰਨਰ ਜਨਰਲ ਆਫ ਬੰਗਾਲ ਕਿਹੜਾ ਸੀਗਾ ਵੌਨ ਹੇਸਟਿੰਗ ਸੀਗਾ ਫਿਰ ਪੁੱਛੇਗਾ ਕਿ ਪਹਿਲਾ ਗਵਰਨਰ ਜਨਰਲ ਆਫ ਇੰਡੀਆ ਕਿਹੜਾ ਸੀਗਾ ਲਾਰਡ ਵਿਲੀਅਮ ਬੈਂਟਿਕ ਸੀਗਾ ਸਮਝ ਆ ਗਈ ਕਲੀਅਰ ਹੈ ਅੱਛਾ ਉਸ ਤੋਂ ਬਾਅਦ ਕੀ ਹੋਇਆ ਆਪਾਂ ਨੇ ਉਧਰ ਵੀ ਡਿਸਕਸ ਕੀਤਾ ਸੀਗਾ ਕਿ 1858 ਤੋਂ ਬਾਅਦ ਕੀ ਕਰਦਾ ਸੀਗਾ ਇਹਨਾਂ ਨੇ ਗਵਰਨਰ ਜਨਰਲ ਦਾ ਜਿਹੜਾ ਟਾਈਟਲ ਚੇਂਜ ਕਰਕੇ ਕੀ ਕਰਦਾ ਸੀਗਾ ਵਾਇਸਰਾਏ 1858 ਦੇ ਐਕਟ ਦੇ ਵਿੱਚ ਗਵਰਨਰ ਜਨਰਲ ਦਾ ਜਿਹੜਾ ਟਾਈਟਲ ਸੀਗਾ ਉਹ ਖਤਮ ਕਰ ਦਿੱਤਾ ਗਿਆ ਸੀਗਾ ਔਰ ਵਾਇਸਰਾਏ ਦਾ ਟਾਈਟਲ ਸ਼ੁਰੂ ਹੋ ਗਿਆ ਸੀ 1947 ਤੋਂ ਬਾਅਦ ਵਾਇਸਰਾਏ ਦਾ ਟਾਈਟਲ ਖਤਮ ਕਰਕੇ ਕੀ ਸ਼ੁਰੂ ਕਰਤਾ ਫਿਰ ਗਵਰਨਰ ਜਨਰਲ ਸਮਝ ਆ ਗਈ ਕਲੀਅਰ ਹੈ ਮਤਲਬ ਗਵਰਨਰ ਜਨਰਲ ਦਾ ਜਿਹੜਾ ਟਾਈਟਲ ਹੈ ਦੋ ਵਾਰੀ ਆਇਆ ਪਹਿਲਾਂ ਸਟਾਰਟਿੰਗ ਦੇ ਵਿੱਚ ਆਉਂਦਾ ਸੀਗਾ ਫਿਰ 58 ਚ ਵਾਇਸ ਰਾਏ ਆਇਆ ਫਿਰ ਜੋ ਦੇਸ਼ ਆਜ਼ਾਦ ਹੋ ਗਿਆ ਉਸ ਬਾਅਦ ਫਿਰ ਕੀ ਬਣਾਤਾ ਗਵਰਨਰ ਜਨਰਲ ਬਣਾਤਾ ਕਲੀਅਰ ਹੈ ਸਮਝ ਆ ਗਿਆ ਅੱਛਾ ਹੁਣ ਦੇਖੋ ਜਵਾਹਰ ਲਾਲ ਨਹਿਰੂ ਨੇ ਅੱਗੇ ਹੈਗਾ ਜੀ ਜਵਾਹਰ ਲਾਲ ਨਹਿਰੂ ਨੇ ਕੀ ਕੀਤਾ ਜੀ ਇੱਕ ਸੈਸ਼ਨ ਪ੍ਰੈਸਾਈਡ ਕੀਤਾ ਸੀ ਆਪਾਂ ਨੇ ਡਿਸਕਸ ਕਰ ਲਿਆ ਸੀ ਉਧਰ 1929 ਇਹ ਸਾਰੇ ਬਹੁਤ ਇੰਪੋਰਟੈਂਟ ਚੀਜ਼ਾਂ ਨੇ ਜਿਹੜੇ ਡਾਇਰੈਕਟ ਪੇਪਰ ਚ ਕੁਐਸਚਨ ਆਉਂਦੇ ਨੇ 1929 ਦਾ ਜਿਹੜਾ ਸੈਸ਼ਨ ਸੀ ਉਹਨਾਂ ਨੇ ਪ੍ਰੈਸਾਈਡ ਕੀਤਾ ਲਾਹੌਰ ਔਰ ਉਹਦੇ ਵਿੱਚ ਇੰਪੋਰਟੈਂਟ ਚੀਜ਼ ਕੀ ਮੰਗੀ ਸੀ ਉਹਨਾਂ ਨੇ ਪੂਰਨ ਸਵਰਾਜ ਜੇ ਪੇਪਰ ਚ ਪੂਰਨ ਸਵਰਾਜ ਨਹੀਂ ਲਿਖਿਆ ਹੁੰਦਾ ਉੱਥੇ ਕੀ ਲਿਖਿਆ ਆ ਸਕਦਾ ਕੰਪਲੀਟ ਇੰਡੀਪੈਂਡੈਂਸ ਤਾਂ ਉਹਦਾ ਵੀ ਮਤਲਬ ਕੀ ਹੋਏਗਾ ਪੂਰਨ ਸਵਰਾਜ ਹੋਏਗਾ ਤਾਂ ਕਨਫਿਊਜ਼ ਨਹੀਂ ਹੋਣਾ ਪੂਰਨ ਸਵਰਾਜ ਵੀ ਹੋ ਸਕਦਾ ਕੰਪਲੀਟ ਇੰਡੀਪੈਂਡੈਂਸ ਵੀ ਹੋ ਸਕਦਾ ਪੂਰਨ ਸਵਰਾਜ ਦਾ ਮਤਲਬ ਤਾਂ ਕੰਪਲੀਟ ਇੰਡੀਪੈਂਡੈਂਸ ਹੀ ਹੋਇਆ ਠੀਕ ਹੈ ਚਲੋ ਅੱਛਾ ਉਸ ਤੋਂ ਬਾਅਦ ਹੈਗਾ ਫਰਸਟ ਇੰਡੀਅਨ ਵਿਮਨ ਪ੍ਰੈਜ਼ੀਡੈਂਟ ਇੰਡੀਅਨ ਦੀ ਗੱਲ ਹੋਈ ਹੈ ਤਾਂ ਕੀ ਨਹੀਂ ਸੀਗੀ ਜੀ ਆਪਾਂ ਨੇ ਡਿਸਕਸ ਕੀਤੀ ਸੀ ਉਹਦਾ ਸਰੋਜਨੀ ਨਾਇਡੂ 1925 ਕਾਨਪੁਰ ਸੈਸ਼ਨ ਇਹ ਯਾਦ ਰੱਖਣਾ ਹੈ ਪਹਿਲੀ ਵਿਮਨ ਇੰਡੀਅਨ ਪ੍ਰੈਜ਼ੀਡੈਂਟ ਸੀਗੀ ਸਰੋਜਨੀ ਨਾਇਡੂ ਔਰ ਵੈਸੇ ਫਰਸਟ ਵਿਮਨ ਪ੍ਰੈਜ਼ੀਡੈਂਟ ਕਿਹੜੀ ਸੀ ਐਨੀ ਬੇਸੈਂਟ ਕਿਹੜਾ ਸੈਸ਼ਨ 1917 ਕਲਕੱਤਾ ਸੈਸ਼ਨ ਠੀਕ ਹੈ ਕਲੀਅਰ ਹੈ ਜੀ ਅੱਛਾ ਉਸ ਤੋਂ ਬਾਅਦ ਆ ਗਿਆ ਜੀ ਗੋਪਾਲ ਕ੍ਰਿਸ਼ਨ ਗੋਖਲੇ ਜਿਹੜੇ ਗੋਪਾਲ ਕ੍ਰਿਸ਼ਨ ਗੋਖਲੇ ਸੀਗੇ ਪੋਲੀਟੀਕਲ ਗੁਰੂ ਸੀਗੇ ਮਹਾਤਮਾ ਗਾਂਧੀ ਜੀ ਦੇ ਸਮਝ ਆ ਗਈ ਇਹ ਵੀ ਕੁਐਸਚਨ ਪੁੱਛਦਾ ਹੂ ਇਜ਼ ਦਾ ਪੋਲੀਟੀਕਲ ਹੂ ਆਰ ਦਾ ਸੋਰੀ ਪੋਲੀਟੀਕਲ ਗੁਰੂ ਆਫ ਮਹਾਤਮਾ ਗਾਂਧੀ ਤਾਂ ਗੋਪਾਲ ਕ੍ਰਿਸ਼ਨ ਗੋਖਲੇ ਕੀ ਸੀਗੇ ਪੋਲੀਟੀਕਲ ਗੁਰੂ ਸੀਗੇ ਮਹਾਤਮਾ ਗਾਂਧੀ ਦੇ ਅੱਛਾ ਔਰ ਇਹਨਾਂ ਦੀ ਆ ਵੀ ਪੁੱਛਦਾ ਸਰਵੈਂਟ ਇੰਡੀਅਨ ਸੋਸਾਇਟੀ ਡਾਇਰੈਕਟ ਕੁਐਸਚਨ ਪੁੱਛੇਗਾ ਕਿ ਸਰਵੈਂਟ ਇੰਡੀਅਨ ਸੋਸਾਇਟੀ ਦੇ ਫਾਊਂਡਰ ਕੌਣ ਸੀਗੇ ਸਰਵੈਂਟ ਇੰਡੀਅਨ ਸੋਸਾਇਟੀ ਦੇ ਫਾਊਂਡਰ ਕੌਣ ਸੀਗੇ ਜੀ ਗੋਪਾਲ ਕ੍ਰਿਸ਼ਨ ਗੋਖਲੇ ਸੀਗੇ ਠੀਕ ਹੈ ਸਮਝ ਆ ਗਈ ਅੱਛਾ ਫਿਰ ਮੈਂ ਰਿਪੀਟ ਕਰਨਾ ਸਰਵੈਂਟ ਇੰਡੀਅਨ ਸੋਸਾਇਟੀ ਸਰਵੈਂਟ ਇੰਡੀਅਨ ਸੋਸਾਇਟੀ ਦੇ ਫਾਊਂਡਰ ਕੌਣ ਸੀਗੇ ਗੋਪਾਲ ਕ੍ਰਿਸ਼ਨ ਗੋਖਲੇ ਜਿਹੜੇ ਕਿ ਪੋਲੀਟੀਕਲ ਗੁਰੂ ਸੀਗੇ ਕਿਦੇ ਮਹਾਤਮਾ ਗਾਂਧੀ ਜੀ ਇਹ ਸੋਸਾਇਟੀ ਕਾਦੀ ਜੀ ਮੈਡਮ ਸਰਵੈਂਟ ਦੇਖੋ ਸਰਵੈਂਟ ਇੰਡੀਅਨ ਸੋਸਾਇਟੀ ਜਿਹੜੀ ਕਿ ਸਰਵੈਂਟਸ ਨੂੰ ਪ੍ਰੋਸੀਡ ਕਰਦੀ ਸੀਗੀ ਠੀਕ ਹੈ ਜਿਵੇਂ ਲੇਬਰ ਕਲਾਸ ਹੋ ਗਈ ਉਹਨਾਂ ਦੀ ਪ੍ਰੋਬਲਮ ਸੀਗੀਆਂ ਬ੍ਰਿਟਿਸ਼ਰਸ ਉਹਨਾਂ ਤੋਂ ਧੱਕੇ ਨਾਲ ਕੰਮ ਕਰਵਾਉਂਦੇ ਸੀਗੇ ਇਹ ਜਿਹੜੀਆਂ ਸੋਸਾਇਟੀ ਆਰਗੇਨਾਈਜੇਸ਼ਨ ਸੀ ਬੇਸਿਕਲੀ ਉਹ ਇੱਕ ਪਾਰਟਿਕੂਲਰ ਕਲਾਸ ਨੂੰ ਕੀ ਕਰਨ ਦੇ ਲਈ ਕੰਜ਼ਰਵ ਕਰਨ ਦੇ ਲਈ ਪ੍ਰੋਟੈਕਟ ਕਰਨ ਦੇ ਲਈ ਬਣਾਈਆਂ ਜਾਂਦੀਆਂ ਸੀਗੀਆਂ ਠੀਕ ਹੈ ਤਾਂ ਸਰਵੈਂਟ ਇੰਡੀਆ ਹੈ ਤਾਂ ਸਰਵੈਂਟ ਦੇ ਲਈ ਹੋਈ ਲੇਬਰ ਕਲਾਸ ਦੇ ਲਈ ਇਹਨਾਂ ਦੇ ਫਾਊਂਡਰ ਕੌਣ ਸੀ ਗੋਪਾਲ ਜੀ ਗੋਪਾਲ ਕ੍ਰਿਸ਼ਨ ਗੋਖਲੇ ਹਾਂਜੀ ਫਾਊਂਡਰ ਵੀ ਪੁੱਛਦਾ ਪੇਪਰ ਦੇ ਵਿੱਚ ਤੁਹਾਨੂੰ ਇਹ ਨਹੀਂ ਪੁੱਛੇਗਾ ਕਿ ਇਹਦਾ ਕੀ ਕੰਮ ਸੀਗਾ ਕਿਉਂਕਿ ਇਹਦਾ ਨਾਮ ਹੀ ਦੱਸ ਰਿਹਾ ਇਹ ਜੋ ਕੀ ਪੁੱਛੇਗਾ ਨਹੀਂ ਹੋ ਤਾਂ ਸਾਰਾ ਠੀਕ ਹੈ ਨਹੀਂ ਨਹੀਂ ਬਿਲਕੁਲ ਪਤਾ ਸਭ ਕੁਝ ਹੋਣਾ ਚਾਹੀਦਾ ਵੈਸੇ ਮੈਂ ਤਾਂ ਗੱਲ ਕਰ ਰਹੀ ਹਾਂ ਕਿ ਪੇਪਰ ਚ ਪੁੱਛੇਗਾ ਪੇਪਰ ਚ ਇਹਦਾ ਫਾਊਂਡਰ ਹੀ ਪੁੱਛੇਗਾ ਕਿ ਇਹਦਾ ਫਾਊਂਡਰ ਕੌਣ ਸੀਗਾ ਕਲੀਅਰ ਹੈ ਅੱਛਾ ਉਸ ਤੋਂ ਬਾਅਦ ਆਪਾਂ ਨੈਕਸਟ ਕਰਦੇ ਹਾਂ ਜੀ ਬੀਜੀਟੀ ਬੀਜੀਟੀ ਕੀ ਹੈ ਜੀ ਬਾਲ ਗੰਗਾਧਰ ਤਿਲਕ ਆਪਾਂ ਨੇ ਕੀ ਪੜਿਆ ਸੀ ਇਹਨਾਂ ਨੂੰ ਕੀ ਕਿਹਾ ਜਾਂਦਾ ਫਾਦਰ ਆਫ ਇੰਡੀਅਨ ਅਨਰੈਸਟ ਫਾਦਰ ਆਫ ਇੰਡੀਅਨ ਅਨਰੈਸਟ ਇਹਨਾਂ ਨੂੰ ਕਿਹਨੇ ਕਿਹਾ ਸੀਗਾ ਤੁਸੀਂ ਦੱਸੋ ਫਾਦਰ ਆਫ ਇੰਡੀਅਨ ਅਨਰੈਸਟ ਬਾਲ ਗੰਗਾਧਰ ਤਿਲਕ ਨੂੰ ਕਿਹਾ ਸੀਗਾ ਕਿਸਨੇ ਕਿਹਾ ਸੀਗਾ
और कदों किया सीगा वैलेंटाइन ने किया सी हां बिल्कुल सही शाबाश देखो उनने क्लास भी नहीं लगाई हैगी तुसी क्लासेस भी लगाई होंगी ठीक है वैलेंटाइन करके की सीगा जी एक ब्रिटिशर सीगा वैलेंटाइन करके उदा नाम सीगा उन्हें की कहा कि इंडिया दे विच जिन्नी भी अशांति या अनरेस्ट फैलिया हुआ है उदा कारण कौन है बाल गंगाधर तिलक है तब पूछा जाता पेपर दे विच क्वेश्चन फादर ऑफ अनरेस्ट या इंडियन अनरेस्ट किनू कहा जाता तो कहा जाता बाल गंगाधर तिलक समझ आ गई और किने कहा सीगा वैलेंटाइन करके कुछ और किया गया ना वैलेंटाइन करके एक ब्रिटिशर सीगा जेड़ा कि इंग्लैंड च रहता सी उन्हें एक किताब दे विच इनू की किया सीगा फादर ऑफ इंडियन अनरेस्ट ब्रिटिशर्स ने किया सीगा और जब बाल गंगाधर तिलक जी नु पता लग गया तो होम रूल मूवमेंट नु हो विच छड़ के किथे चले गए सीगे इंग्लैंड चले गए सी किदे ऊपर केस करन वैलेंटाइन दे ऊपर कि मैनू ने एदा दा टाइटल दिता है ठीक है जिड़ी आपने पढ़ी सी ना 1917 होम रूल मूवमेंट पढ़ी सी की जिड़ी एनी ते बाल गंगाधर तिलक जी ने शुरू की थी सी ता ओदो जदों इन्हां नू टाइटल दिता ता इन्हां ने होम रूल विच ही छड़ के किथे चले गए सी वैलेंटाइन दे ऊपर इंग्लैंड केस करन चले गए सी क्लियर है जी समझ याद रखिए इंपॉर्टेंट है बाकी गणपति ते शिवाजी फेस्टिवल केड़े चलाए सी बाल गंगाधर तिलक ने अच्छा कदों चलाए सी केड़ी मूवमेंट दौरान चलाए सी वेरी गुड शाबाश ये पूछता है पेपर च ठीक है जी स्वदेशी मूवमेंट के टाइम चलाए सी जी बाल गंगाधर तिलक ने गणपति फेस्टिवल और शिवाजी के शिवजी फेस्टिवल अच्छा उस बाद के इधर दो न्यूज़पेपर सी एक मराठा सीगा एक केसरी सीगा जेड़ा मराठा सी वो मराठी च नहीं सी केसरी मराठी सी और मराठा की दे विच सी इंग्लिश दे विच उल्टा सीगा मराठा न्यूज़पेपर मराठी च नहीं सी वो इंग्लिश दे विच सीगा जेड़ा केसरी सीगा वो की दे विच सीगा मराठी दे विच सीगा एदा याद रखो अच्छा उसके बाद मेंबर ऑफ डेक्कन एजुकेशन इन्होंने डेक्कन क्योंकि ये कितों के रहने वाले थे महाराष्ट्र महाराष्ट्र वाला एरिया डेक्कन एरिया डेक्कन प्लेट्यू वाला एरिया है तो इन्होंने उत्थे काफी सारी एजुकेशन का भी की किया सीगा स्प्रेड किया सी ये इतना इंपॉर्टेंट नहीं एक तो आ याद रखना है ठीक है आ याद रखना है जो ए नहीं पूछेगा कि गणपति ते शिवजी फेस्टिवल शिवाजी जेडे फेस्टिवल ने किने शुरू किए वो ए पूछेगा कि केड़ी मूवमेंट दौरान शुरू किए तो स्वदेशी मूवमेंट थोड़ा क्वेश्चन ट्विस्ट करके पूछेगा डायरेक्ट नहीं पूछेगा समझ आ गई क्लियर है अच्छा चलो हम थोड़ा दसो हां जी सर्वेंट इंडियन सोसाइटी किने ओहो कीती सीगी सर्वेंट इंडियन सोसाइटी हां जी सर्वेंट इंडियन सोसाइटी चलाई सी मैं अपना अपना ओरे जेड़े अपना गोपाल कृष्ण ने चलाई सी जेड़े महात्मा गांधी थे वो सीगे अपने गुरु सीगे अपना गोपाल कृष्ण गोखले हां गोपाल कृष्ण गोखले ने की चलाई सी सर्वेंट इंडियन सोसाइटी चलाई सी जेड़े की सीगे पॉलिटिकल गुरु सीगे किदे महात्मा गांधी दे अच्छा फादर ऑफ इंडियन अनरेस्ट किनु किया जांदा है बाल गंगाधर तिलक नु ओके किने किया सीगा नहीं हो वैलेंटाइन वैलेंटाइन ठीक है केडी मूवमेंट दे दौरान ने केडी मूवमेंट दे दौरान फिर इंडिया छड़ के किथे चले गए सी इंग्लैंड वैलेंटाइन दे ऊपर केस करन केडी मूवमेंट दे दौरान होम रूल मूवमेंट दे दौरान ठीक है उन्होंने होम रूल मूवमेंट नु फिर एदा विच छड़ के किथे चले गए सी इंग्लैंड चले गए सी किदे ऊपर केस करन अच्छा हां जी लास्ट पायनियर ऑफ रॉकेट टेक्नोलॉजी इन इंडिया रॉकेट टेक्नोलॉजी किने शुरू कीती सी इंडिया दे विच सब तो पहला वेरी गुड शाबाश अच्छा टीपू सुल्तान के फादर का नाम की सीगा थोनू ने पूछे हाँ जी नाम की मराठे आगे की सॉरी मराठा नहीं मैसूर दी कितनी वॉर हुई सी ईस्ट इंडिया कंपनी के नाल ईस्ट इंडिया कंपनी के नाल हाँ जी चार हुई सी बिल्कुल ते केड़ियां सी किन्नियां सी जिहड़ी टीपू सुल्तान ने लड़ियां सी लास्ट वालियां दो ठीक है और चौथी लड़ाई दे विच की होया सीगा टीपू सुल्तान हां जी ओदी मारिया गया सीगा टीपू सुल्तान और उहनां नूं मैसूर जिहड़ा रीजन सीगा उहनां ने एक्वायर कर लिया सी ठीक है क्लियर है अच्छा होर दसो हां जी तुसीं दसो जिहड़े शिवाजी और गणपति फेस्टिवल सीगे बाल गंगाधर तिलक ने किहड़ी मूवमेंट दे दौरान शुरू कीते सीगे वेरी गुड स्वदेशी मूवमेंट अच्छा स्वदेशी हां जी तुसीं दसो सर स्वदेशी मूवमेंट उन्होंने केड़ी मूवमेंट दे नाल एसोसिएट कीती सी मतलब केड़ी मूवमेंट दे अगेंस्ट स्वदेशी मूवमेंट शुरू कीती सी स्वदेशी मूवमेंट शुरू करने का कोई का कारण होगा ही मेरा क्वेश्चन ये है कि स्वदेशी मूवमेंट नु शुरू करने का कारण की सीगा बंगाल पार्टीशन ठीक है ना बंगाल उन्होंने पार्टीशन किया तो इंडियंस ने की किया बदले विच स्वदेशी मूवमेंट है जी शुरू की सी अच्छा बंगाल पार्टीशन केड़े साल दे विच हुई है 1905 उस टाइम दे विच लॉर्ड केड़ा सीगा कर्जन स्वदेशी मूवमेंट केड़े साल च हुई है 1905 उस टाइम लॉर्ड केड़ा सीगा मिंटो दी सेकंड ठीक है एक ही सीगा लॉर्ड सी दोनों दे विच फर्क है ओथे तुसी कर्जन मार सकदे हो तो कंफ्यूज नहीं होना
ਤੇ ਬੰਗਾਲ ਦੇ ਪਿੱਲੇ ਉਸ ਹਾਂਜੀ ਹੁਣ ਮੈਂ ਪੁੱਛਾਂਗੀ ਫਸਟ ਗਵਰਨਰ ਆਫ ਬੰਗਾਲ ਕੌਣ ਸੀਗਾ ਤੁਸੀਂ ਦੱਸੋਗੇ ਫਸਟ ਗਵਰਨਰ ਆਫ ਬੰਗਾਲ ਤੁਸੀਂ ਦੇਖੋ ਫਿਰ ਇਹਦਾ ਮਤਲਬ ਇਹ ਹੈ ਕਿ ਤੁਸੀਂ ਮਤਲਬ ਧਿਆਨ ਨਾਲ ਸੁਣਦੇ ਵੀ ਹੈਗੇ ਠੀਕ ਹੈ ਨਾ ਕਿਉਂਕਿ ਬਾਕੀ ਸਾਰੇ ਦੱਸ ਰਹੇ ਨੇ ਥੋੜੇ ਨਾਲ ਵਾਲੇ ਵੀ ਦੱਸ ਰਹੇ ਮਤਲਬ ਇਹੀ ਪ੍ਰੋਬਲਮ ਹੈ ਤੁਸੀਂ ਧਿਆਨ ਨਾਲ ਅਟੈਂਟਿਵ ਹੋ ਕੇ ਸੁਣਦੇ ਨਹੀਂ ਹੈਗੇ ਕਲਾਸ ਦੇ ਵਿੱਚ ਇਹ ਪ੍ਰੋਬਲਮ ਹੈ ਹੋਰ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਇਸ ਲਈ ਕੋਸ਼ਿਸ਼ ਕਰੋ ਵੀ ਧਿਆਨ ਨਾਲ ਆਪਾਂ ਨੇ ਸੁਣਨਾ ਹੈ ਕਲਾਸ ਦੇ ਵਿੱਚ ਜਿੱਥੇ ਵੀ ਤੁਸੀਂ ਉਹ ਕਰਦੇ ਹੋ ਹਾਂਜੀ ਦੱਸੋ ਫਸਟ ਗਵਰਨਰ ਆਫ ਬੰਗਾਲ ਪ੍ਰੋਬਲਮ ਹੈ ਜੀ ਲੋਰਡ ਕਲਾਈਵ ਲੋਰਡ ਕਲਾਈਵ ਦੇਖੋ ਕਲਾਈਵ ਸੀ ਐਦਾਂ ਕਿਵੇਂ ਯਾਦ ਰੱਖੋ ਪਲਾਸੀ ਦੀ ਲੜਾਈ ਹੋਈ ਸੀਗੀ ਕੀ ਸੀ ਉਸ ਟਾਈਮ ਚ ਕਲਾਈਵ ਆਇਆ ਸੀ ਆਪਣੀ ਸੈਨਾ ਲੈ ਕੇ ਤਾਂ ਫਸਟ ਗਵਰਨਰ ਆਫ ਬੰਗਾਲ ਕੀ ਹੈ ਜੀ ਲੋਰਡ ਕਲਾਈਵ ਫਿਰ ਗਵਰਨਰ ਤੋਂ ਬਾਅਦ ਟਾਈਟਲ ਚੇਂਜ ਹੋ ਕੇ ਕੀ ਬਣ ਗਿਆ ਸੀ ਗਵਰਨਰ ਜਨਰਲ ਆਫ ਬੰਗਾਲ ਫਿਰ ਉਹ ਕੌਣ ਸੀਗਾ ਲਾਰਡ ਹੇਸਟਿੰਗ ਬਹੁਤ ਹੇਸਟਿੰਗ ਬੰਦਾ ਸੀਗਾ ਫਸਟ ਗਵਰਨਰ ਜਨਰਲ ਆਫ ਬੰਗਾਲ ਕਿਹਨੂੰ ਬਣਾਤਾ ਲਾਰਡ ਹੇਸਟਿੰਗ ਅੱਛਾ ਜੀ ਮੈਂ ਕਹਾਂ ਕਿ ਲਾਸਟ ਗਵਰਨਰ ਆਫ ਬੰਗਾਲ ਕੌਣ ਸੀ ਫਿਰ ਇੰਡੀਆ ਚ ਬਣ ਗਿਆ ਜੀ 47 ਤੋਂ ਬਾਅਦ ਗਿਆ ਲਾਸਟ ਹੇਸਟਿੰਗ ਸੀਗਾ ਆਬਵੀਅਸਲੀ ਕਲਾਈਵ ਹੈ फर्स्ट गवर्नर जनरल ऑफ बंगाल जिहड़ा की वॉन हेस्टिंग जे ओ फर्स्ट गवर्नर जनरल ऑफ बंगाल होएगा तो लास्ट गवर्नर की होएगा ओही होएगा ओ तो बाद ही की बनेगा गवर्नर जनरल ऑफ बंगाल बनेगा ठीक है क्लियर है अच्छा हुन ए दसो की फर्स्ट गवर्नर जनरल ऑफ इंडिया कौन सी विलियम बेंटिक क्लियर है विलियम बेंटिक कौन सी मतलब की सीगा फर्स्ट गवर्नर जनरल ऑफ इंडिया कौन सीगा विलियम बेंटिक सीगा क्लियर है समझ आ गई अच्छा फर्स्ट वॉइस राय केड़ा सीगा ये आपको पढ़िया नहीं देवे पर थोनो पता होएगा फर्स्ट वॉइस राय ये तो इतना इजी क्वेश्चन है फर्स्ट वॉइस राय कौन सीगा करसन लास्ट गवर्नर जनरल ऑफ इंडिया हुण देखो की इहनू आपां थोड़ा समझदे आं बिलकुल जी हुण देखो आपां ने की पढ़िया है आपां ने पढ़िया है कि गवर्नर जनरल ऑफ इंडिया एक तो टाइटल सीगा ठीक है इस तो ऊपर टाइटल सीगा गवर्नर जनरल ऑफ बंगाल ये टाइटल सीगा इस तो ऊपर ला टाइटल केड़ा सी गवर्नर ऑफ बंगाल हुण देखो इस तो बाद 1858 आया 1858 ਦੇ ਵਿੱਚ ਜਿਹੜਾ ਟਾਈਟਲ ਕੀ ਹੋ ਗਿਆ ਵਾਇਸਰਾਏ ਜਿਹੜਾ ਆਪਾਂ ਨੇ ਪਹਿਲਾ ਵਾਇਸਰਾਏ ਪੜਿਆ ਉਹ ਕਿਹੜਾ ਲਾਰਡ ਕੈਨਿੰਗ ਹੁਣ ਜੇ ਇਹ ਫਸਟ ਵਾਇਸਰਾਏ ਸੀਗਾ ਤਾਂ ਇਹ ਲਾਸਟ ਕੀ ਹੋਏਗਾ ਗਵਰਨਰ ਜਨਰਲ ਆਫ ਇੰਡੀਆ ਹੋਏਗਾ ਸਮਝ ਆ ਗਈ ਨਾ ਜਦੋਂ ਟਾਈਟਲ ਚੇਂਜ ਹੋ ਰਿਹਾ ਹੈ ਜਿਵੇਂ ਆਪਾਂ ਨੇ ਪੜਿਆ ਜਿਹੜਾ ਫਸਟ ਗਵਰਨਰ ਜਨਰਲ ਆਫ ਬੰਗਾਲ ਕੌਣ ਸੀਗਾ ਦੱਸੋ ਵਾਰਨ ਹੇਸਟਿੰਗਸ ਤਾਂ ਇਹ ਕੀ ਹੋਏਗਾ ਆਬਵੀਅਸਲੀ ਲਾਸਟ ਗਵਰਨਰ ਬਣੇਗਾ ਬੰਗਾਲ ਦਾ ਠੀਕ ਹੈ ਔਰ ਪਹਿਲਾ ਹੈ ਗਵਰਨਰ ਜਨਰਲ ਬਣ ਗਿਆ ਆਫ ਬੰਗਾਲ ਦਾ ਐਦਾਂ ਹੀ ਆਪਾਂ ਨੇ ਪੜਿਆ ਕਿ ਫਸਟ ਗਵਰਨਰ ਜਨਰਲ ਆਫ ਇੰਡੀਆ ਕਿਹੜਾ ਸੀਗਾ ਵਿਲੀਅਮ ਬੈਂਟਿਕ ਸੀਗਾ ਜੇ ਵਿਲੀਅਮ ਬੈਂਟਿਕ ਪਹਿਲਾ ਗਵਰਨਰ ਜਨਰਲ ਆਫ ਇੰਡੀਆ ਸੀ ਤਾਂ ਲਾਸਟ ਗਵਰਨਰ ਜਨਰਲ ਆਫ ਬੰਗਾਲ ਵੀ ਇਹੀ ਹੋਏਗਾ ਆਬਵੀਅਸਲੀ ਐਦਾਂ ਹੀ ਅਗਰ ਫਸਟ ਵਾਇਸਰਾਏ ਆਫ ਇੰਡੀਆ ਕਿਹੜਾ ਹੈ ਕੈਨਿੰਗ ਹੈ ਤਾਂ ਲਾਸਟ ਗਵਰਨਰ ਜਨਰਲ ਆਫ ਇੰਡੀਆ ਕੌਣ ਹੋਏਗਾ ਉਹ ਵੀ ਲਾਰਡ ਕੈਨਿੰਗ ਹੋਏਗਾ ਸਮਝ ਆ ਗਈ ਮਤਲਬ ਜਿਹੜਾ ਇਹ ਹੈ ਪਹਿਲਾਂ ਇਹਨੂੰ ਪ੍ਰੋਸੀਡ ਕਰਕੇ ਟਾਈਟਲ ਇੱਥੇ ਖਤਮ ਹੋਇਆ ਉਸ ਤੋਂ ਬਾਅਦ ਹੀ ਸ਼ੁਰੂ ਹੋਇਆ ਕਲੀਅਰ ਹੈ ਸਮਝ ਆ ਗਿਆ 1858 ਦੇ ਵਿੱਚ ਟਾਈਟਲ ਚੀ ਕੀ ਹੋ ਗਿਆ ਸੀਗਾ ਚੇਂਜ ਹੋ ਕੇ ਕੈਨਿੰਗ ਹੋ ਗਿਆ ਸੋਰੀ ਵਾਇਸਰਾਏ ਹੋ ਗਿਆ ਸਿਰ ਪਹਿਲਾ ਵਾਇਸਰਾਏ ਕੌਣ ਸੀਗਾ ਲਾਰਡ ਕੈਨਿੰਗ ਸੀਗਾ ਅੱਛਾ ਉਸ ਤੋਂ ਬਾਅਦ ਆਪਾਂ ਨੇ ਪੜਿਆ ਸੀਗਾ ਜਦੋਂ ਇੰਡੀਆ ਆਜ਼ਾਦ ਹੋ ਗਿਆ ਸੀਗਾ ਇਹ ਦੱਸੋ ਕਿ ਲਾਸਟ ਗਵਰਨਰ ਜਨਰਲ ਆਫ ਇੰਡੀਆ ਕੌਣ ਸੀਗਾ ਲਾਰਡ ਮਾਊਂਟਬੈਟਨ ਦੇਖੋ ਇਹ ਵੀ ਕੁਐਸਚਨ ਆਉਂਦਾ ਹੁੰਦਾ ਕਿ ਲਾਸਟ ਗਵਰਨਰ ਜਨਰਲ ਆਫ ਇੰਡੀਆ ਕਿਹੜਾ ਸੀਗਾ ਮਾਊਂਟਬੈਟਨ ਮੈਮ ਲਾਸਟ ਇੰਡੀਆ ਗਵਰਨਰ ਉਸ ਸੀ ਰਾਜ ਉਹ ਨਹੀਂ ਆਉਂਦੇ ਉਹ ਤਾਂ ਇਹ ਹੈ ਕਿ ਲਾਸਟ ਗਵਰਨਰ ਜਨਰਲ ਹੁਣ ਕੁਐਸਚਨ ਆਏਗਾ ਕਿ ਲਾਸਟ ਪੁੱਛ ਲਵੇ ਜਾਂ ਫਸਟ ਪੁੱਛ ਲਵੇ ਫਸਟ ਇੰਡੀਅਨ ਗਵਰਨਰ ਜਨਰਲ ਠੀਕ ਹੈ ਗਵਰਨਰ
जनरल, वो कौन होएगा जी बोलो? सी गोपाल, सी राजा गोपाल चार्य। समझ आ गई? यस। तो देखो जो तो देश आजाद होया सीगा ना, अपन लास्ट विच की पढ़ दिया, माउंट बैटन प्लान पढ़ दिया ना। माउंट बैटन प्लान दे विच अपन की पढ़िया सीगा, आई मीन अपन पढ़ना है जी, रेडक्लिफ नु बुलाया, रेडक्लिफ ने एक लाइन इधर वाली साइड मारती सी जिच इंडिया और पाकिस्तान अलग करता, एक लाइन इधर मारती सी जिधर वेस्ट पाकिस्तान उन्हें अलग करता। तो माउंट बैटन उस टाइम दे विच की सीगा, मतलब मेन जेड़ा लॉर्ड सीगा माउंट बैटन सीगा। तो जेड़ा लास्ट माउंट बैटन दे टाइम आजादी मिल गई, तो लास्ट गवर्नर जनरल ऑफ इंडिया केड़ा बन गया? माउंट बैटन। फिर उस तो बाद जो माउंट बैटन इन्होंने की किया, ये वाला टाइटल खत्म करता, मतलब खत्म बाद विच किया सी 1950 विच, ठीक है। तो फिर लास्ट और फर्स्ट इंडियन गवर्नर जनरल केड़ा बनया? सी राजा गोपाल चारी। फिर इंडियन ने की किया, ये वाला डेजिग्नेशन संभालिया, उस तो बाद ये टाइटल है जेड़ा खत्म करता। जो रेडक्लिफ की पोस्ट थी किमी रेडक्लिफ, रेडक्लिफ नु बुलाया गया सीगा, एक रेडक्लिफ कमीशन सीगा जेड़ा इंडिया ते पाकिस्तान नु की कर रिया सी, बाउंड्री नु डिवाइड करेगा। जेड़ी इंडिया और पाकिस्तान दे विचकार जेड़ी लाइन है वो पर रेडक्लिफ लाइन को होंदे ना, वो ता होंदे क्योंकि जेड़ा रेडक्लिफ कमीशन बुलाया गया सीगा और इस कमीशन ने की कीता सीगा, इंडिया और पाकिस्तान दे विच बॉर्डर बना दिया सीगा, ठीक है। ए ओदा मेन रोल सीगा कि उने इंडिया और पाकिस्तान नु डिवाइड कीता सी, बाउंड्री है जेड़ी बनाई सी, ठीक है। तो ये सारे इंपॉर्टेंट क्वेश्चन है। अच्छा एक सेशन वाली उधर अपन ने एक क्वेश्चन डिस्कस करना रह गया सीगा कि जो मान लो कि अपना आजादी जो 1947 दे विच अपनी इंडिया आजाद होया, उस टाइम दे विच इंडियन नेशनल कांग्रेस का जो प्रेसिडेंट कौन सीगा? ऑप्शन दे देना, ऑप्शन दे देना, ऑप्शन दे देना। अपने हो गए सीगे, अपने 39 तक हो गए सी मैम। मेरा क्वेश्चन है कि जदों अपना इंडिया आजाद होया, एक क्वेश्चन आया होया जी किसी पेपर दे विच कि जदों देश आजाद होया सी 1947 दे टाइम दा इंडियन नेशनल कांग्रेस दे जेहड़े प्रेसिडेंट सी, पर सेशन पढ़े सी ना, सेशन दे प्रेसिडेंट कौन सी उस टाइम दे विच? जेपी कृपलानी, जेबी कृपलानी सीगे, ठीक है। इसका याद रखियो जो तो देश आजाद होया ना, और जेड़ा एक आपा पढ़ रहे सीगे कि सब तो जेड़ा यंगेस्ट प्रेसिडेंट कौन सीगा दा इंडियन नेशनल कांग्रेस दा, वही सी अबुल कलाम। हां अबुल कलाम, अबुल कलाम, ठीक है। और सब तो लॉन्गेस्ट टेन्योर भी अबुल कलाम दा ही सीगा, सब तो यंगेस्ट भी वही सीगा ते सब तो लॉन्गेस्ट भी ओदा ही सीगा। और जब अपन आजादी मिली उदो कौन सीगा इंडियन सेशन, इंडियन नेशनल कांग्रेस नु प्रेसाइड कर जेबी कृपलानी। ते दो क्वेश्चन ने इंपॉर्टेंट ने ये भी याद रखियो। अच्छा चलो हुन उस तो बाद नेक्स्ट चल गया जी अपना, नेक्स्ट हैगा अपने पास आनंद मठ। देखो पीपीएससी दे विच क्वेश्चन आया होया, कोऑपरेटिव इंस्पेक्टर दे विच भी क्वेश्चन आया होया ये वाला, कि उन्होंने पूछा कि आनंद मठ एक बुक है, पहले आपको ये पता होना चाहिए कि जेडी आनंद मठ एक बुक है ये किने लिखे सी, ये लिखी सी बैंकिम चंद्र चटर्जी ने, एक क्वेश्चन, ठीक है। दूसरा क्वेश्चन, यही जेडी किताब है किस रिवोल्ट दे ऊपर बेस्ड है, ये भी क्वेश्चन पूछा गया। यही किताब सन्यासी रिवोल्ट दे ऊपर बेस्ड है, सन्यासीज दे ऊपर भी की करन लग गए सीगे, टैक्स वगैरह लगन लग गया सी, तां उन्हां ने की करता सीगा, रिवोल्ट करता सी। सन्यासी समझदे हो ना, जिहड़े घर बार छड्ड के की कर लैंदे ने, प्रभु भक्ति दे विच लीन हो जांदे ने। तां जिहड़ा आनंद मठ सीगा ओह की सीगा जी? सन्यासी रिवोल्ट दे ऊपर बेस्ड है, एक किताब है, और इह किथे है जी, किहने लिखी है? बैंकिम चंद्र चटर्जी ने लिखी है। तां इह भी दोनों चीजां तुसीं याद रखनी ने, पीपीएससी दे विच क्वेश्चन पूछा होया, ठीक है। अच्छा उस तो बाद अपना वंदे मातरम, और तीसरा क्वेश्चन की बनता है कि वंदे मातरम भी अपना केड़ी किताब चो लिया है? आनंद मठ किताब चो लिखे ले आए, और किने लिखी है? बैंकिम चंद्र चटर्जी ने किताब लिखी है, ये भी चीज याद रखनी, इंपॉर्टेंट है, क्लियर है जी। चलिए हम आप आगे, उस तो बाद आप गल करते हैं जी अगे 1909 ने पढ़िया जी सैपरेट इलेक्टोरेट की गल हुई है, मॉडल मिंटो रिफॉर्म, इन डिटेल पढ़ा, पर फिलहाल यह याद रखो कि 1909 की होया? मॉडल मिंटो रिफॉर्म होया, ठीक है। ये आप सारे एक्ट पढ़ने हैं अलग तो। उस तो बाद 1914 पढ़िया कि बाल गंगाधर तिलक जी की हो गए सीगे, जेल तो बाहर आ गए सीगे, और होम रूल मूवमेंट उन्होंने की कीती सी जी, मेन पर्पस की सीगा, डोमिनियन स्टेटस उन्होंने शुरू कर दी सी, किहड़े साल दे विच शुरू कीती सीगी? 1916 दे विच, ठीक है। इन्होंने अप्रैल शुरू कीती सीगी, और सितंबर च किने शुरू कीती सीगी? एनी डिसेंट ने, ठीक है, उन्होंने सितंबर च शुरू कर दी सीगी। एनी डिसेंट ने पूरे इंडिया च प्रिसाइड कीती सी, इन्होंने सिर्फ महाराष्ट्र वाला एरिया एक्सक्लूड बॉम्बे, बॉम्बे सेंट्रल प्रोविंस वाला एरिया भी सीगा, पर बॉम्बे विच इंक्लूड नहीं सीगा, ये भी चीज ध्यान रखियो। क्योंकि 1939 वर्ल्ड वॉर टू लागी सी, है ना, वर्ल्ड वॉर टू
2 ਦੇ ਵਿੱਚ ਇਹਨਾਂ ਨੇ ਕੀ ਕੀਤਾ ਸੀਗਾ ਇੰਡੀਆ ਦਾ ਨਾਮ ਹੈ ਜਿਹੜਾ ਵਰਲਡ ਵਾਰ 2 ਦੇ ਵਿੱਚ ਡਿਕਲੇਅਰ ਕਰਤਾ ਸੀ ਜਿਹਦੇ ਕਰਕੇ ਜਿਹੜੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਮਨਿਸਟਰ ਸੀਗੇ ਉਹਨਾਂ ਨੇ ਰਿਜ਼ਾਈਨ ਕਰਤਾ ਸੀਗਾ ਠੀਕ ਹੈ ਜੀ ਔਰ ਇਹਨਾਂ ਨੇ ਕੀ ਕੀਤਾ ਇੱਕ ਲੋਲੀਪੌਪ ਦਿੱਤਾ ਸੀਗਾ 1940 ਦੇ ਵਿੱਚ ਜਿਹਨੂੰ ਕੀ ਬੋਲਿਆ ਜਾਂਦਾ ਅਗਸਟ ਆਫਰ ਕਿ ਤੁਸੀਂ ਸਾਡੇ ਨਾਲ ਪਾਰਟਿਸਿਪੇਟ ਕਰੋ ਅਸੀਂ ਉਸ ਤੋਂ ਬਾਅਦ ਤੁਹਾਨੂੰ ਕੀ ਕਰਾਂਗੇ ਕਨਸਟੀਟਿਊਸ਼ਨ ਅਸੈਂਬਲੀ ਬਣਾਉਣ ਦੀ ਇਜਾਜ਼ਤ ਦੇ ਦਾਂਗੇ ਠੀਕ ਹੈ ਕਲੀਅਰ ਹੈ ਜੀ ਅੱਛਾ ਕੁਇਟ ਇੰਡੀਆ ਮੂਵਮੈਂਟ ਅਗਸਟ ਜਿਹੜਾ ਰੈਵੋਲੂਸ਼ਨ ਸੀ ਉਹਦੇ ਅਗੇਂਸਟ ਕੀ ਕੀਤੀ ਸੀਗੀ ਸ਼ੁਰੂ ਕੀਤੀ ਸੀਗੀ गांधी जी ने की किया सीगा जी नारा दिता सीगा डू और डाई मैम क्विट इंडिया मूवमेंट वाज स्टार्टेड इन 1942 अच्छा उस तो बाद अपन गल करते हैं जी कॉमन वील न्यूज़पेपर इन रेंडो बरदोली मूवमेंट अपन ने कदों पढ़ी सीगी बरदोली रेजोल्यूशन कदों अडॉप्ट किया सीगा सरदार वल्लभ भाई पटेल जी ने दसो बरदोली रेजोल्यूशन ਜਦੋਂ ਆਪਾਂ ਨੇ ਪੜਿਆ ਸੀਗਾ ਕਿ 1931 ਦੇ ਸੈਸ਼ਨ ਵਿੱਚ ਜਦੋਂ ਮੈਡਮ ਇਹਨਾਂ ਨੇ 552 1920 ਦੇ ਵਿੱਚ ਸੁਣੋ ਧਿਆਨ ਨਾਲ ਸੁਣੋ 1920 ਦੇ ਵਿੱਚ ਕੀ ਹੋਈ ਸੀ ਨਾਨ ਕੋਆਪਰੇਟਿਵ ਮੂਵਮੈਂਟ ਹੋਈ ਸੀ ਹਾਂਜੀ ਇਹਦਾ ਯਾਦ ਹੈ 1920 ਦੇ ਵਿੱਚ ਗਾਂਧੀ ਜੀ ਨੇ ਨਾਨ ਕੋਆਪਰੇਟਿਵ ਮੂਵਮੈਂਟ ਸ਼ੁਰੂ ਕੀਤੀ ਔਰ ਉਹਦਾ ਰਿਜ਼ਲਟ ਕੀ ਹੋਇਆ 1922 ਦੇ ਵਿੱਚ ਚੌਰੀ ਚੌਰਾ ਇਨਸੀਡੈਂਟ ਹੋਇਆ ਇਹਦਾ ਪਤਾ ਚੌਰੀ ਚੌਰਾ ਜਿਹਦੇ ਵਿੱਚ ਕੀ ਹੋਇਆ ਸੀਗਾ ਕਿ ਗਾਂਧੀ ਜੀ ਨੂੰ ਅਰੈਸਟ ਕਰ ਲਿਆ ਸੀਗਾ ਜਦੋਂ ਗਾਂਧੀ ਜੀ ਨੂੰ ਅਰੈਸਟ ਕਰ ਲਿਆ ਸੀ ਤਾਂ ਗਾਂਧੀ ਜੀ ਨੂੰ ਜੇਲ੍ਹ 'ਚ ਭੇਜਿਆ ਜੇਲ ਦੇ ਵਿੱਚ ਭੇਜਿਆ ਜਦੋਂ ਤਾਂ ਉਧਰਲੀ ਸਾਈਡ ਤੋਂ ਇਹਨਾਂ ਨੇ ਕੀ ਕੀਤਾ ਇੱਕ ਕਿਹੜਾ ਆਪਾਂ ਪੜ੍ਹ ਰਹੇ ਹਾਂ ਜੀ ਬਰਦੋਲੀ ਰੈਜ਼ੋਲੂਸ਼ਨ ਅਡਾਪਟ ਕੀਤਾ ਬਰਦੋਲੀ ਰੈਜ਼ੋਲੂਸ਼ਨ ਕੀ ਸੀਗਾ ਕਿਹਨੇ ਅਡਾਪਟ ਕੀਤਾ ਸਰਦਾਰ ਵੱਲਭ ਭਾਈ ਪਟੇਲ ਜੀ ਨੇ ਅਡਾਪਟ ਕੀਤਾ ਜਿਹਦੇ ਵਿੱਚ ਉਹਨਾਂ ਨੇ ਕੀ ਕਿਹਾ ਕਿ ਅਸੀਂ ਅੱਗੇ ਤੋਂ ਵਾਇਲੈਂਸ ਵਾਲੇ ਪਾਥ ਦੇ ਉੱਪਰ ਨਹੀਂ ਚੱਲਾਂਗੇ ਜਿਵੇਂ ਪਹਿਲਾਂ ਦੇ ਚੱਲਦੇ ਆ ਰਹੇ ਅਸੀਂ ਉਵੇਂ ਚੱਲਾਂਗੇ ਇਸ ਨੂੰ ਬੋਲਦੇ ਆ ਬਰਦੋਲੀ ਮੂਵਮੈਂਟ ਜਾਂ ਬਰਦੋਲੀ ਰੈਜ਼ੋਲੂਸ਼ਨ ਕਦੋਂ ਹੋਇਆ ਸੀਗਾ 1922 ਦੇ ਵਿੱਚ ਜਦੋਂ ਗਾਂਧੀ ਜੀ ਨੂੰ ਅਰੈਸਟ ਕਰ ਲਿਆ ਗਿਆ ਸੀ 1922 ਦੇ ਵਿੱਚ ਗਾਂਧੀ ਜੀ ਨੂੰ ਅਰੈਸਟ ਕਰ ਲਿਆ ਗਿਆ ਸੀ ਬਾਹਰ ਕਦੋਂ ਆਏ 1924 ਚ ਬਾਹਰ ਆ ਕੇ ਕੀ ਕੀਤਾ ਬੇਲਗਾਂ ਸੈਸ਼ਨ ਸੀਗਾ ਜਿਹੜਾ ਕੀ ਕੀਤਾ ਜੀ ਉਹਨਾਂ ਨੇ ਪ੍ਰੀਸਾਈਡ ਕੀਤਾ ਇੰਡੀਅਨ ਨੈਸ਼ਨਲ ਕਾਂਗਰਸ ਦਾ ਇੱਕੋ ਇੱਕ ਸੈਸ਼ਨ ਜਿਹੜਾ ਮਹਾਤਮਾ ਗਾਂਧੀ ਜੀ ਨੇ ਪ੍ਰੀਸਾਈਡ ਕੀਤਾ ਠੀਕ ਹੈ ਕਲੀਅਰ ਅੱਛਾ ਉਸ ਤੋਂ ਬਾਅਦ ਇਹ ਹੈਗੇ ਜੀ ਹਿੰਦੂ ਯੂਨੀਵਰਸਿਟੀ ਭਾਰਤੀ ਸੀਗੇ ਭਾਰਤੀ ਹਿੰਦੂ ਯੂਨੀਵਰਸਿਟੀ ਚਲੋ ਇਹਨੂੰ ਰਹਿ ਸਕਦਾ ਮਾਲਾਬਾਰ ਐਂਡ ਏਕਾ ਮੂਵਮੈਂਟ ਮਾਲਾਬਾਰ ਏਕਾ ਮੂਵਮੈਂਟ ਅਵਧ ਦੇ ਵਿੱਚ ਚੱਲੀ ਸੀਗੀ ਕਿਹੜੀ ਮੂਵਮੈਂਟ ਦੇ ਐਸੋਸੀਏਟ ਸੀਗੀ ਨਾਨ ਕੋਆਪਰੇਟਿਵ ਮੂਵਮੈਂਟ ਆਪਾਂ ਪੜ੍ਹਦੇ ਸੀ ਨਾ ਕਿ ਜਦੋਂ ਇੱਕ ਮੂਵਮੈਂਟ ਸ਼ੁਰੂ ਹੁੰਦੀ ਹੈ ਤਾਂ ਉਹਦੇ ਨਾਲ ਕੀ ਹੁੰਦਾ ਜੀ ਬਾਕੀ ਜਗ੍ਹਾ ਦੇ ਉੱਪਰ ਵੀ ਉਹਨੂੰ ਮੂਵਮੈਂਟ ਨੂੰ ਸਪੋਰਟ ਮਿਲਦਾ ਤਾਂ ਜਿਹੜੀ ਮਾਲਾਬਾਰ ਔਰ ਏਕਾ ਮੂਵਮੈਂਟ ਕਿਹਦੇ ਨਾਲ ਐਸੋਸੀਏਟ ਸੀਗੀ ਉਹ ਨਾਨ ਕੋਆਪਰੇਟਿਵ ਮੂਵਮੈਂਟ ਦੇ ਨਾਲ ਐਸੋਸੀਏਟ ਸੀ ਪੁੱਛਦਾ ਜੀ ਏਕਾ ਮੂਵਮੈਂਟ ਬਾਰੇ ਏਕਾ ਮੂਵਮੈਂਟ ਇੰਪੋਰਟੈਂਟ ਹੈ ਪੁੱਛਦਾ ਕਿ ਕਿਹੜੀ ਮੂਵਮੈਂਟ ਦੇ ਨਾਲ ਐਸੋਸੀਏਟ ਸੀ ਤਾਂ ਨਾਨ ਕੋਆਪਰੇਟਿਵ ਮੂਵਮੈਂਟ ਨੂੰ ਕੀ ਕੀਤਾ ਸੀਗਾ ਜੀ ਸੋਰੀ ਇਸ ਮੂਵਮੈਂਟ ਨੂੰ ਏਕਾ ਮੂਵਮੈਂਟ ਨੇ ਸਪੋਰਟ ਦਿੱਤਾ ਸੀ ਇੱਕ ਤਰੀਕੇ ਨਾਲ ਇਨਡਾਇਰੈਕਟਲੀ ਨਾਨ ਕੋਆਪਰੇਟਿਵ ਮੂਵਮੈਂਟ ਨੂੰ ਹੀ ਕੀ ਕਰ ਰਹੇ ਸੀਗੇ ਪ੍ਰਮੋਟ ਕਰ ਰਹੇ ਸੀਗੇ ਠੀਕ ਹੈ ਕੇਰਲਾ ਦੇ ਵਿੱਚ ਬਨਾਰਸ ਹਿੰਦੂ ਬੀ ਐਚ ਯੂ ਠੀਕ ਹੈ ਬੀ ਤੋਂ ਬਨਾਰਸ ਹੈ ਹਿੰਦੂ ਯੂਨੀਵਰਸਿਟੀ ਕਿਹਨੇ ਸ਼ੁਰੂ ਕੀਤੀ ਹੈ ਮਦਨ ਮੋਹਨ ਮਾਲਵੀਆ ਜੀ ਨੇ ਸ਼ੁਰੂ ਕੀਤੀ ਹੈ ਇਹ ਵੀ ਤੀਜੀ ਚੀਜ਼ ਤੇ ਆਉਂਦੀ ਏਕਾ ਮੂਵਮੈਂਟ ਕੀ ਸੀਗੀ ਏਕਾ ਮੂਵਮੈਂਟ ਨਾਨ ਕੋਆਪਰੇਟਿਵ ਮੂਵਮੈਂਟ ਨੂੰ ਪ੍ਰਮੋਟ ਕਰ ਰਹੇ ਸੀਗੇ ਮਾਲਾਬਾਰ ਏਕਾ ਮੂਵਮੈਂਟ ਨਾਨ ਕੋਆਪਰੇਟਿਵ ਮੂਵਮੈਂਟ ਨੂੰ ਇੱਕ ਮੂਵਮੈਂਟ ਸ਼ੁਰੂ ਹੁੰਦੀ ਸੀ ਅਲੱਗ ਅਲੱਗ ਜਗ੍ਹਾ ਤੋਂ ਦੇ ਲੀਡਰ ਸੀਗੇ ਨਾ ਬਣ ਜਾਂਦੇ ਸੀ ਏਰੀਆ ਦੇ ਵਿੱਚ ਕਿਉਂਕਿ ਹਰ ਲੋਕਾਂ ਦੀ ਪ੍ਰੋਬਲਮ ਸੀਗੀ ਆ ਤਾਂ ਜਿਹੜੀ ਮਾਲਾਬਾਰ ਏਕਾ ਮੂਵਮੈਂਟ ਸੀ ਉਹ ਕਿਹਦੇ ਅਲੋਂਗ ਸ਼ੁਰੂ ਹੋਈ ਸੀ ਨਾਨ ਕੋਆਪਰੇਟਿਵ ਮੂਵਮੈਂਟ ਨੂੰ ਹੀ ਸਪੋਰਟ ਫਲਰਿਸ਼ ਕਰ ਰਹੀ ਸੀ ਉਹ ਅਲੱਗ ਅਲੱਗ ਏਰੀਆ ਦੇ ਵਿੱਚ ਠੀਕ ਹੈ ਚਲੋ ਹੁਣ ਅੱਗੇ ਚੱਲਦੇ ਹਾਂ ਜੀ ਆਪਾਂ 1919 गांधी जी ने दिमाग लाया की किया जाए की हूं इन बहुत अच्छा वधिया तरीका है कि आप हिंदू और मुस्लिम इकट्ठे कर सकते हैं तो उन्होंने 1919 इतने सपोर्ट किया और 1 अगस्त 1920 ने की की नॉन कोऑपरेटिव मूवमेंट खिलाफत कमेटी तो ही की की सी शुरू की खिलाफत कमेटी 1919 च शुरू हुई ते नॉन कोऑपरेटिव मूवमेंट 1920 दे विच शुरू हुई ठीक है 1919 दे विच बड़ी है खिलाफत बाई जगह हो जाने हां जदी खत्म हो गई सी थोड़े टाइम बाद ही खत्म हो गई सी क्योंकि इन्होंने खलीफा दा जेड़ा टाइटल सीगा वो की करदा सीगा उन्होंने खत्म करता सीगा आई नहीं देता सीगा वापस रिटर्न करता सीगा ठीक है ते बाकी महात्मा गांधी प्रेसिडेंट सीगे पता ही आपां नूं ऑल इंडिया खिलाफत कमेटी दे क्योंकि ये प्रिसाइड कर रहे सीगे स्पीकर ऑफ सेंट्रल लेजिस्लेटिव असेंबली विट्ठल भाई पटेल रहंदो जी 1921 मद्रास सेशन ਹਾਂਜੀ ਇਹ ਇੰਪੋਰਟੈਂਟ ਹੈ ਹੁਣ ਦੇਖੋ ਆਪਾਂ ਨੇ ਕੀ ਕੀਤਾ ਸੀਗਾ ਆਪਾਂ ਨੇ ਪੜਿਆ ਸੀਗਾ 1927 ਦੇ ਵਿੱਚ ਕੀ ਹੋਇਆ ਸੀਗਾ
ਸਾਈਮਨ ਕਮਿਸ਼ਨ ਆਇਆ ਬਣਿਆ ਸੀਗਾ 1928 ਦੇ ਵਿੱਚ ਇੰਡੀਆ ਆਇਆ ਸੀ। ਇਹ ਤਾਂ ਕੁਐਸਚਨ ਤੁਹਾਨੂੰ ਸਭ ਨੂੰ ਪਤਾ ਹੈ। ਹੁਣ ਦੇਖੋ ਕੁਐਸਚਨ ਇੱਕ ਨਵੇਂ ਫਾਰਮ ਪੁੱਛਿਆ ਜਾ ਸਕਦਾ। ਉਹ ਕੁਐਸਚਨ ਪੁੱਛੇਗਾ ਕਿ ਕਿਹੜੇ ਇੰਡੀਅਨ ਨੈਸ਼ਨਲ ਕਾਂਗਰਸ ਦੇ ਸੈਸ਼ਨ ਦੇ ਵਿੱਚ ਉਹਨਾਂ ਨੇ ਡਿਸਾਈਡ ਕੀਤਾ ਕਿ ਇੰਡੀਅਨਸ ਨੇ ਕਿ ਆਪਾਂ ਨੇ ਸਾਈਮਨ ਦਾ ਕੀ ਕਰਨਾ, ਬਾਈਕਾਟ ਕਰਨਾ। ਠੀਕ ਹੈ, ਇੱਕ ਨਵਾਂ ਕੁਐਸਚਨ ਬਣ ਗਿਆ ਕਿਉਂਕਿ ਹੁਣ ਲੈਵਲ ਆਬਵੀਅਸਲੀ ਕੀ ਹੋ ਰਿਹਾ ਜੀ, ਇਨਕਰੀਜ਼ ਹੋ ਰਿਹਾ। ਤਾਂ 1921 ਮਦਰਾਸ ਸੈਸ਼ਨ ਕੀ ਹੋਇਆ ਜੀ, ਕਾਂਗਰਸ ਨੇ ਡਿਸਾਈਡ ਕੀਤਾ ਕਿ ਉਹ ਸਾਈਮਨ ਕਮਿਸ਼ਨ ਦਾ ਕੀ ਕਰਨਗੇ, ਬਾਈਕਾਟ ਕਰਨਗੇ। ਯਾਦ ਰੱਖਣਾ ਸੀ ਮਦਰਾਸ ਸੈਸ਼ਨ ਹੈ ਜਿਹਦੇ ਵਿੱਚ ਉਹਨਾਂ ਨੇ ਡਿਸਾਈਡ ਕੀਤਾ ਸੀਗਾ ਕਿ ਜਦੋਂ ਸਾਈਮਨ ਕਮਿਸ਼ਨ ਆਏਗਾ ਜੇ ਉਹਦੇ ਵਿੱਚ ਕੋਈ ਇੰਡੀਅਨ ਨਹੀਂ ਪਾਰਟੀਸਪੇਟ ਕਰਦਾ ਹੈ ਤਾਂ ਅਸੀਂ ਕੀ ਕਰਾਂਗੇ, ਸਾਈਮਨ ਕਮਿਸ਼ਨ ਦਾ ਬਾਈਕਾਟ ਕਰਾਂਗੇ। ਕਿਹੜੇ ਐਕਟ ਨੂੰ ਰਿਵਿਊ ਕਰਨ ਆਇਆ ਸੀਗਾ, 1919 ਦੇ ਐਕਟ ਨੂੰ ਰਿਵਿਊ ਕਰਨ, 1919 ਦੇ ਐਕਟ ਨੂੰ ਰਿਵਿਊ ਕਰਨ ਆਇਆ ਸੀਗਾ ਸਾਈਮਨ ਕਮਿਸ਼ਨ। ਔਰ ਇਹਨੇ ਆਣਾ 2 ਸਾਲ ਬਾਅਦ ਸੀਗਾ, ਪਰ ਇਹ ਪਹਿਲਾਂ ਹੀ ਆ ਗਿਆ ਸੀਗਾ। ਕਰਾਚੀ ਸੈਸ਼ਨ 1931 ਆਪਾਂ ਨੇ ਆਲਰੇਡੀ ਡਿਸਕਸ ਕਰ ਹੀ ਲਿਆ ਸੀਗਾ। ਵੱਲਭ ਭਾਈ ਪਟੇਲ ਜੀ ਨੇ ਕੀ ਕੀਤਾ ਸੀ, ਡਿਸਾਈਡ ਕੀਤਾ ਸੀਗਾ ਫੰਡਾਮੈਂਟਲ ਰਾਈਟਸ ਦੇ ਵਿੱਚ ਕੀ ਹੋਈ ਸੀਗੀ ਜੀ, ਗੱਲ ਹੋਈ ਸੀ। ਕਲੀਅਰ ਹੈ, ਸਮਝ ਆ ਗਈ? ਤੇ ਇਕਨੋਮਿਕ ਵਾਲਾ ਸੀਗਾ। ਹਾਂਜੀ ਬਿਲਕੁਲ, ਉਹ ਇਦਾਂ ਨਹੀਂ ਪੁੱਛਦਾ, ਫੰਡਾਮੈਂਟਲ ਰਾਈਟ ਜ਼ਿਆਦਾ ਪੁੱਛਦਾ। ਅੱਛਾ, ਉਸ ਤੋਂ ਬਾਅਦ ਹੈਗਾ ਜੀ ਵਿਨਸਟਨ ਚਰਚਿਲ 40-45 ਪੀਆ ਕਰਿਆ ਜੀ ਬ੍ਰਿਟੇਨ ਦਾ। ਠੀਕ ਹੈ, ਉਸ ਤੋਂ ਬਾਅਦ ਕ੍ਰਿਸ ਕਮਿਸ਼ਨ ਕਿਹਦੇ ਟਾਈਮ ਇੰਡੀਆ ਆਇਆ, ਇਹਦੇ ਟਾਈਮ ਹੀ ਇੰਡੀਆ ਦੇ ਵਿੱਚ ਆਇਆ ਸੀਗਾ। ਇਹ ਇੰਨਾ ਨਹੀਂ ਇੰਪੋਰਟੈਂਟ ਹੈਗਾ, ਪਰ ਇੰਨਾ ਪਤਾ ਹੋਣਾ ਚਾਹੀਦਾ ਵੀ ਕ੍ਰਿਸ ਕਮਿਸ਼ਨ ਕਿਹੜੇ ਸਾਲ ਦੇ ਵਿੱਚ ਆਇਆ, 1942। ਠੀਕ ਹੈ, ਜਿਵੇਂ ਹੁਣ P++B ਦਾ ਕੋਈ ਪੇਪਰ ਹੁੰਦਾ, ਪੰਜਾਬ ਪੁਲਿਸ ਦਾ ਕੋਈ ਪੇਪਰ ਹੁੰਦਾ, ਉਹ ਇਹ ਈਅਰ ਦੇ ਉੱਪਰ ਬਹੁਤ ਫੋਕਸ ਦਿੰਦੇ ਆ। ਤੁਸੀਂ P++B ਦਾ ਜੇ ਲਾਸਟ ਪੇਪਰ ਦੇਖੇ ਹੋਣਗੇ ਨਾ, ਉਹਦੇ ਵਿੱਚ ਈਅਰ ਚੋਂ 5-7 ਕੁਐਸਚਨ ਆਏ ਹੋਏ ਆ। 5-7 ਕੁਐਸਚਨ ਸੀਗੇ ਜਿਹੜੇ ਈਅਰ ਦੇ ਉੱਪਰ ਸੀਗੇ, ਆਈ ਥਿੰਕ 8 ਕੁਐਸਚਨ ਸੀਗੇ ਜਿਸ ਤੱਕ ਮੈਨੂੰ ਨੰਬਰਿੰਗ ਐਗਜ਼ੈਕਟ ਤਾਂ ਨਹੀਂ ਯਾਦ, ਪਰ 8 ਕੁਐਸਚਨ ਐਦਾਂ ਸੀਗੇ ਜਿਹੜੇ ਡਾਇਰੈਕਟ ਈਅਰ ਬੇਸਡ ਸੀਗੇ। ਉਹ ਡਾਇਰੈਕਟ ਪੁੱਛ ਰਿਹਾ ਸੀ ਕਿ ਕਿਹੜੇ ਸਾਲ ਦੇ ਵਿੱਚ ਹੋਇਆ ਅੱਜ ਈਵੈਂਟ। ਤਾਂ ਇਹ ਚੀਜ਼ ਤੁਸੀਂ ਇੰਪੋਰਟੈਂਟ ਜਿਹੜੇ ਈਵੈਂਟ ਨੇ ਉਹਨਾਂ ਦੇ ਤੁਹਾਨੂੰ ਈਅਰ ਫਿੰਗਰ ਟਿਪਸ ਤੇ ਹੋਣੇ ਚਾਹੀਦੇ ਨੇ। ਪੰਡਿਤ ਜਵਾਹਰ ਲਾਲ ਨਹਿਰੂ ਐਂਡ ਮੌਲਾਨਾ ਆਜ਼ਾਦ ਨੈਗੋਸੀਏਸ਼ਨ ਵਿਦ ਕ੍ਰਿਸ ਕਮਿਸ਼ਨ। ਇਹ ਰਹਿ ਲੋ, ਵੈਨੇਵਰ ਅਸੈਂਬਲੀ ਮੈਟ ਦਾ ਕਨਸਟੀਟਿਊਸ਼ਨ ਅਸੈਂਬਲੀ ਚੇਅਰਡ ਬਾਈ ਦਾ ਰਜਿੰਦਰ ਪ੍ਰਸਾਦ, ਵੈਨ ਮੈਟ ਐਜ਼ ਅ ਲੈਜਿਸਲੇਟਿਵ ਅਸੈਂਬਲੀ ਤਾਂ ਚੇਅਰ ਕਰੇਗਾ ਜੀ ਜੀਵੀ ਮਾਵਲਕਰ। ਇਹ ਇੰਪੋਰਟੈਂਟ ਹੈ। ਹੁਣ ਦੇਖੋ ਕੀ ਸੀਗਾ। ਅੱਛਾ, ਆਪਾਂ ਨੂੰ ਇਹ ਪਤਾ ਹੈ ਕਿ ਫਸਟ ਪ੍ਰੈਜ਼ੀਡੈਂਟ ਆਫ ਇੰਡੀਆ ਕਿਹੜੇ ਸੀਗੇ? ਅੱਛਾ, ਅਗਰ ਤੁਹਾਨੂੰ ਇਹ ਪੁੱਛਦੇ ਨੇ ਕਿ ਕਨਸਟੀਟਿਊਸ਼ਨ ਅਸੈਂਬਲੀ ਦੇ ਪਰਮਾਨੈਂਟ ਪ੍ਰੈਜ਼ੀਡੈਂਟ ਪਹਿਲੇ ਕਿਹੜੇ ਸੀਗੇ? ਰਜਿੰਦਰ ਪ੍ਰਸਾਦ। ਤਾਂ ਰਜਿੰਦਰ ਪ੍ਰਸਾਦ ਇੰਡੀਆ ਦੇ ਪਹਿਲੇ ਪ੍ਰੈਜ਼ੀਡੈਂਟ ਵੀ ਹੋਏ ਨੇ, ਤੇ ਰਜਿੰਦਰ ਪ੍ਰਸਾਦ ਕਨਸਟੀਟਿਊਸ਼ਨ ਅਸੈਂਬਲੀ ਦੇ ਵੀ ਪਹਿਲੇ ਪਰਮਾਨੈਂਟ ਪ੍ਰੈਜ਼ੀਡੈਂਟ ਰਜਿੰਦਰ ਪ੍ਰਸਾਦ ਹੀ ਸੀਗੇ। ਤਾਂ ਦੋਨਾਂ ਚ ਕਨਫਿਊਜ਼ਨ ਨਹੀਂ ਹੋਣੀ ਹੈਗੀ। ਠੀਕ ਹੈ, ਹੁਣ ਦੇਖੋ ਕੀ ਹੈ। ਜਦੋਂ ਵੀ ਕਹਿੰਦੇ ਅਸੈਂਬਲੀ ਐਜ਼ ਅ ਕਨਸਟੀਟਿਊਸ਼ਨ ਅਸੈਂਬਲੀ ਦੇ ਤੌਰ ਤੇ ਮਿਲਦੇ ਸੀਗੇ, ਤਾਂ ਉਦੋਂ ਪ੍ਰੈਜ਼ੀਡੈਂਟ ਕੌਣ ਸੀਗੇ, ਚੇਅਰ ਕੌਣ ਕਰਦੇ ਸੀਗੇ? ਰਜਿੰਦਰ ਪ੍ਰਸਾਦ। ਪਰ ਜਦੋਂ ਉਹ ਲੈਜਿਸਲੇਟਿਵ ਬਾਡੀ ਦੇ ਤਰੀਕੇ ਦੇ ਨਾਲ ਮਿਲਦੇ ਸੀਗੇ, ਤਾਂ ਉਹ ਕੌਣ ਸੀਗੇ? ਜੀਵੀ ਮਾਵਲੰਕਰ। ਕੀ ਕਰਦੇ ਸੀਗੇ? ਉਹ ਪ੍ਰੈਸਾਈਡ ਕਰਦੇ ਸੀ। ਜੀਵੀ ਮਾਵਲੰਕਰ ਕੌਣ ਸੀਗੇ? ਫਸਟ ਸਪੀਕਰ ਲੋਕ ਸਭਾ। ਹਾਂ, ਫਸਟ ਸਪੀਕਰ ਆਫ ਲੋਕ ਸਭਾ। ਇਹਦੇ ਨਾਲ ਇੱਕ ਸਟੈਟਿਕ ਕੁਐਸਚਨ ਵੀ ਆਪਣਾ ਨਾਲ ਕਵਰ ਹੋ ਗਿਆ। ਪੁੱਛਦਾ ਹੈ ਕਿ ਫਸਟ ਸਪੀਕਰ ਆਫ ਲੋਕ ਸਭਾ ਕੌਣ ਸੀਗੇ? ਜੀਵੀ ਮਾਵਲੰਕਰ। ਠੀਕ ਹੈ, ਕਲੀਅਰ ਹੈ ਜੀ? ਚਲੋ, ਅੱਛਾ, ਸੁਪਰ ਇੰਪੋਰਟੈਂਟ, ਨੈਸ਼ਨਲ ਫਲੈਗ ਆਪਾਂ ਨੇ ਕਦੋਂ ਅਡਾਪਟ ਕੀਤਾ? 22 ਜੁਲਾਈ 1947 ਨੂੰ ਆਪਾਂ ਨੇ ਨੈਸ਼ਨਲ ਫਲੈਗ ਹੈ ਜਿਹੜਾ ਅਡਾਪਟ ਕੀਤਾ। ਅੱਛਾ, ਆਪਣਾ ਨੈਸ਼ਨਲ ਫਲੈਗ ਕੋਡ ਕਿਹੜਾ ਹੈ? 2004-5-6-7 ਨੈਸ਼ਨਲ ਫਲੈਗ ਕੋਡ। ਦੇਖੋ, ਨੈਸ਼ਨਲ ਫਲੈਗ ਕੋਡ ਕੀ ਹੈ? ਇਹ ਕੁਐਸਚਨ P++B ਦੇ ਪ੍ਰੀਵੀਅਸ ਈਅਰ ਪੇਪਰਸ ਦੇ ਵਿੱਚ ਹੈ। ਨੈਸ਼ਨਲ ਫਲੈਗ ਕੋਡ ਕੀ ਹੈ? ਇੱਕ ਤਰੀਕੇ ਦਾ ਵੀ ਆਪਾਂ ਨੇ ਜਿਹੜਾ ਆਪਣਾ ਫਲੈਗ ਹੈ ਉਹਦੇ ਵਿੱਚ ਕਾਫੀ ਸਾਰੀਆਂ ਚੀਜ਼ਾਂ ਡਿਫਾਈਂਡ ਨੇ। ਆਪਾਂ ਨੇ ਮਤਲਬ ਕਦੋਂ ਉਹਦੇ ਲਈ ਰਿਸਪੈਕਟ ਸ਼ੋ ਕਰਨੀ ਹੈ, ਕਦੋਂ ਖੜੇ ਹੋਣਾ, ਉਹਦੀ ਹਾਈਟ, ਉਹਦੀ ਵਿਡਥ, ਐਵਰੀਥਿੰਗ ਉਹਦੇ ਵਿੱਚ ਜਿਹੜੀ ਚੀਜ਼ ਉਹ ਨੈਸ਼ਨਲ ਫਲੈਗ ਕੋਡ ਦੇ ਵਿੱਚ ਐਸੋਸੀਏਟ ਕੀਤੀ ਹੋਈ ਹੈ। ਤੇ ਆਪਣਾ ਜਿਹੜਾ ਨੈਸ਼ਨਲ ਫਲੈਗ ਕੋਡ ਹੈ ਨਾ, ਉਹ ਹੈਗਾ ਨੈਸ਼ਨਲ ਫਲੈਗ ਕੋਡ 2006 ਦੇ ਵਿੱਚ ਬਣਿਆ ਸੀਗਾ। ਤੇ ਕੁਐਸਚਨ ਪੁੱਛਿਆ ਹੋਇਆ ਕਿ 2006 ਹੈ, 2007 ਹੈ, 2008 ਹੈ ਜਾਂ 2009 ਹੈ। ਠੀਕ ਹੈ, ਤਾਂ 2006 ਹੈ ਨੈਸ਼ਨਲ ਫਲੈਗ ਕੋਡ, ਇਹ ਚੀਜ਼ ਹੈ। ਤਾਂ 22 ਜੁਲਾਈ 1947 ਨੂੰ ਆਪਾਂ ਨੇ ਕੀ ਕੀਤਾ ਜੀ, ਨੈਸ਼ਨਲ ਜਿਹੜਾ ਆਪਣਾ ਫਲੈਗ ਆਪਾਂ ਨੇ ਕੀ ਕੀਤਾ ਸੀਗਾ, ਅਡੋਪਟ ਕੀਤਾ ਸੀਗਾ। ਅੱਛਾ, ਆਪਣੀ ਨੈਸ਼ਨਲ ਐਂਥਮ ਕਦੋਂ ਹੋਈ ਹੈ ਜੀ? ਆਈ ਲਿਖਿਆ 22 ਜਨਵਰੀ। ਠੀਕ ਹੈ, ਨਹੀਂ ਮੈਮ ਇਹ ਤਾਂ ਗਲਤ ਹੈ ਨਾ। ਫਸਟ ਸੰਗਿਨ ਇਹ ਤਾਂ ਆਪਾਂ ਪੜ੍ਹਿਆ ਸੀ ਨਾ। ਨਹੀਂ ਹੈ ਮੈਮ, 26 ਜਨਵਰੀ ਹੈ। ਹਾਂ, ਤਾਂ ਕਿਹਾ ਜਲਦੀ ਲਿਖਿਆ। ਠੀਕ ਹੈ, ਤਾਂ ਯਾਦ ਰੱਖੋ ਜੀ, ਆਪਣੀ ਨੈਸ਼ਨਲ ਐਂਥਮ ਹੋ ਗਿਆ 26 ਜਨਵਰੀ 1995। ਪਹਿਲੀ ਵਾਰ 1911 ਦੇ ਵਿੱਚ ਇਹ ਕਲਕੱਤਾ ਸੈਸ਼ਨ ਦੇ ਵਿੱਚ ਕੀ ਕੀਤੀ ਸੀ ਜੀ, ਗਾਈ ਗਈ ਸੀਗੀ। ਅੱਛਾ, ਉਸ ਤੋਂ ਬਾਅਦ ਇਹ ਬ੍ਰਹਮੋ ਸਮਾਜ ਜਿਹਦੇ ਵਿੱਚ ਆਪਾਂ ਆ ਪੜ੍ਹਦੇ ਹਾਂ, ਬ੍ਰਹਮੋ ਸਮਾਜ
ਜਿਹੜੇ ਤੁਸੀਂ ਪੁਰਾਣੇ ਜਿਹੜੇ ਸਟੂਡੈਂਟ ਉਹਨਾਂ ਨੇ ਤਾਂ ਪੜਿਆ ਹੋਏਗਾ ਜੀ, ਬ੍ਰਹਮੋ ਸਮਾਜ ਕਿਹਨੇ ਸ਼ੁਰੂ ਕੀਤਾ ਸੀਗਾ ਜੀ? ਰਾਜਾ ਰਾਮ ਮੋਹਨ ਰਾਏ ਜਿਹੜੇ ਕੀ ਸੀਗੇ ਜੀ, ਫਾਊਂਡਰ ਸੀਗੇ ਨੇ ਬ੍ਰਹਮੋ ਸਮਾਜ, ਜਿਹਨੇ ਕੀ ਕਰਦੇ ਸੀਗੇ, ਮੂਰਤੀ ਪੂਜਾ ਚ ਵਿਸ਼ਵਾਸ ਕਰਦੇ ਸੀਗੇ ਜਾਂ ਨਹੀਂ ਕਰਦੇ ਸੀਗੇ? ਆਈਡਲ ਵਰਸ਼ਿਪ। ਅੱਛਾ, ਇੱਕ ਸੀਗੇ ਆਪਣੇ ਪਾਸ, ਆਪਾਂ ਨੇ ਇੱਕ ਹੋਰ ਪੜਿਆ ਸੀਗਾ ਆਰੀਆ ਸਮਾਜ, ਦਿਆਨੰਦ ਸਰਸਵਤੀ, ਠੀਕ ਹੈ, ਇਹਦੇ ਜਿਹੜੇ ਫਾਊਂਡਰ ਸੀਗੇ ਦਿਆਨੰਦ ਸਰਸਵਤੀ ਸੀਗੇ। ਹੁਣ ਇਹ ਦੱਸੋ ਕੁਸ਼ਚਨ, ਦੇਖੋ ਜੇ ਪੀਪੀਐਸਸੀ ਦੇ ਵਿੱਚ ਕੁਸ਼ਚਨ ਐਵੇਂ ਤਾਂ ਨਹੀਂ ਪੁੱਛੇਗਾ ਕਿ ਇਹਦੇ ਫਾਊਂਡਰ ਕੌਣ ਸੀ, ਹੁਣ ਇਹ ਦੱਸੋ ਕਿ ਇਹਨਾਂ ਦੋਨਾਂ ਦੇ ਵਿੱਚ ਕੀ ਇਹ ਆਈਡਲ ਵਰਸ਼ਿਪ ਚ ਬਿਲੀਵ ਕਰਦੇ ਸੀ ਆਰੀਆ ਸਮਾਜ ਵਾਲੇ ਬੰਦੇ? ਰਿਲੀਜੀਅਸ ਤੌਰ ਦੇ ਉੱਤੇ ਸ਼ੁਰੂ ਕੀਤਾ ਗਿਆ ਇੱਕ ਉਹ ਸੀਗਾ ਮੂਵਮੈਂਟ ਜਾਂ ਇੱਕ ਤਰੀਕੇ ਦੀ ਸੈਟ, ਤਾਂ ਇਹਦੇ ਵਿੱਚ ਨਹੀਂ, ਬਹਾਦਰ ਸ਼ਾਹ ਦਾ ਐਂਡ ਦੇ ਵਿੱਚ ਸੀਗਾ,
ਕਿਹੜਾ ਟੀਪੂ ਸੁਲਤਾਨ ਸੀਗਾ ਅਕਬਰ ਸੈਕਿੰਡ ਅਕਬਰ ਦੀ ਸੈਕਿੰਡ ਠੀਕ ਹੈ ਅਕਬਰ ਸੈਕਿੰਡ ਨੇ ਇਹਨਾਂ ਨੂੰ ਕੀ ਦਿੱਤਾ ਸੀਗਾ ਰਾਜਾ ਦਾ ਟਾਈਟਲ ਦਿੱਤਾ ਸੀ ਔਰ ਰਾਜਾ ਦਾ ਟਾਈਟਲ ਦੇ ਕੇ ਇਹਨਾਂ ਨੂੰ ਕਿੱਥੇ ਭੇਜਿਆ ਸੀਗਾ ਇੰਗਲੈਂਡ ਔਰ ਇੰਗਲੈਂਡ ਦੇ ਕਿੱਥੇ ਬ੍ਰਿਸਟਲ ਦੇ ਵਿੱਚ ਇਹਨਾਂ ਦੀ ਕੀ ਹੋ ਗਈ ਸੀਗੀ ਡੈਥ ਹੋ ਗਈ ਸੀ ਔਰ ਬ੍ਰਿਸਟਲ ਦੇ ਵਿੱਚ ਇਹਨਾਂ ਦਾ ਕੀ ਬਣਿਆ ਹੋਇਆ ਸਟੈਚੂ ਵੀ ਬਣਿਆ ਹੋਇਆ ਠੀਕ ਹੈ ਤੇ ਯਾਦ ਰੱਖਿਓ ਰਾਜਾ ਰਾਮ ਮੋਹਨ ਰਾਏ ਦੇ ਨਾਲ ਇਹ ਸਾਰੀਆਂ ਗੱਲਾਂ ਕੀ ਨੇ ਇੰਪੋਰਟੈਂਟ ਨੇ ਐਸੋਸੀਏਟ ਦੀ ਕਲੀਅਰ ਹੈ ਸਮਝ ਆ ਗਿਆ ਚਲੋ ਹੁਣ ਆਪਾਂ ਅੱਗੇ ਕਰਦੇ ਹਾਂ ਜੀ ਹਾਂਜੀ ਹੁਣ ਦੇਖੋ ਆਪਾਂ ਇਹ ਕੁਝ ਹੋਰ ਇੰਪੋਰਟੈਂਟ ਹੈ ਇਹਦੇ ਵਿੱਚੋਂ ਆਮ ਇਹ ਬਹੁਤ ਇੰਪੋਰਟੈਂਟ ਹੈ ਹੁਣ ਦੇਖੋ ਆਲ ਇੰਡੀਆ ਐਸਸੀ ਫੈਡਰੇਸ਼ਨ ਦੇਖੋ ਐਸਸੀ ਦਾ ਉਥਾਨ ਕਰਨ ਦੇ ਲਈ ਦੋ ਬੰਦਿਆਂ ਦਾ ਨਾਮ ਬਹੁਤ ਇੰਪੋਰਟੈਂਟ ਹੈ ਇੱਕ ਤਾਂ ਬੀ ਆਰ ਅੰਬੇਦਕਰ ਜੀ ਬੀਆਰ ਅੰਬੇਦਕਰ ਜੀ ਨੇ ਕਾਫੀ ਜ਼ਿਆਦਾ ਐਫਰਟ ਲਗਾਏ ਦੂਸਰੇ ਮਹਾਤਮਾ ਗਾਂਧੀ ਜੀ ਤਾਂ ਮਤਲਬ ਇਹ ਨਹੀਂ ਹੈਗਾ ਕਿ ਜਿੱਥੇ ਤੁਸੀਂ ਕੋਈ ਐਸਸੀ ਫੈਡਰੇਸ਼ਨ ਜਾਂ ਐਸੋਸੀਏਸ਼ਨ ਦੇਖ ਲਓ ਤੇ ਸਿੱਧਾ ਤੁਸੀਂ ਬੀਆਰ ਅੰਬੇਦਕਰ ਨੂੰ ਹੀ ਪਿੱਕ ਕਰਨਾ ਨਹੀਂ ਤਾਂ ਦੇਖੋ ਆਲ ਇੰਡੀਆ ਐਸਸੀ ਫੈਡਰੇਸ਼ਨ ਬੀਆਰ ਅੰਬੇਦਕਰ ਨੇ ਬਣਾਈ ਸੀ ਇੱਕ ਹੈ ਤਾਂ ਆਲ ਇੰਡੀਆ ਐਸਸੀ ਫੈਡਰੇਸ਼ਨ ਜਿਹਨੇ ਵੀ ਕਨਫੈਡਰੇਸ਼ਨ ਹੈ ਉਹ ਕਿਹਨੇ ਬਣਾਈ ਸੀ ਮਹਾਤਮਾ ਗਾਂਧੀ ਜੀ ਨੇ ਬਣਾਈ ਸੀ ਤਾਂ ਦੋਨਾਂ ਦੇ ਵਿੱਚ ਫਰਕ ਹੈ ਆਪਣੇ ਨੋਟਸ ਦੇ ਵਿੱਚ ਹੈਗਾ ਆਪਾਂ ਲੈਕਚਰ 'ਚ ਡਿਟੇਲਸ ਡਿਸਕਸ ਕਰ ਲਾਂਗੇ ਤਾਂ ਇਹ ਦੋਨਾਂ 'ਚ ਫਰਕ ਹੈ ਬਸ ਇੱਕ ਆ ਯਾਦ ਰੱਖ ਲਓ ਦੂਸਰੀ ਤੁਹਾਨੂੰ ਆਪਣੀ ਆਪ ਯਾਦ ਰਹਿ ਜਾਏਗੀ ਆਲ ਇੰਡੀਆ ਐਸਸੀ ਫੈਡਰੇਸ਼ਨ ਬੀ ਆਰ ਅੰਬੇਦਕਰ ਜੀ ਨੇ ਬਣਾਈ ਸੀ ਤਾਂ ਆਲ ਇੰਡੀਆ ਐਸਸੀ ਕੋਆਪਰੇਸ਼ਨ ਹੈ ਉਹਦੇ ਆਈ ਥਿੰਕ ਐਂਡ ਵਿੱਚ ਉਹ ਮਹਾਤਮਾ ਗਾਂਧੀ ਜੀ ਨੇ ਬਣਾਈ ਸੀ ਮਤਲਬ ਐਸਸੀ ਦੇ ਉਥਾਨ ਦੇ ਲਈ ਦੋ ਲੋਕਾਂ ਦਾ ਕਾਫੀ ਜ਼ਿਆਦਾ ਯੋਗਦਾਨ ਹੈ ਮਹਾਤਮਾ ਗਾਂਧੀ ਜੀ ਔਰ ਬੀ ਆਰ ਅੰਬੇਦਕਰ ਜੀ ਠੀਕ ਹੈ ਜੀ ਪੋਰਟਫੋਲੀਓ ਸਿਸਟਮ ਕਿਹਨੇ ਸ਼ੁਰੂ ਕੀਤਾ ਸੀਗਾ ਪੋਰਟਫੋਲੀਓ ਸਿਸਟਮ ਬੇਸਿਕਲੀ ਕੀ ਸੀ ਕਿਹੜਾ ਸਿਸਟਮ ਹੁੰਦਾ ਡਿਪਾਰਟਮੈਂਟਲ ਸਿਸਟਮ ਜਿਹੜਾ ਅੱਜ ਆਪਣੇ ਚੱਲ ਰਿਹਾ ਹੈ ਨਾ ਕਿ ਆਹ ਵਾਲਾ ਪੋਰਟਫੋਲੀਓ ਇਹ ਕਿਹਨੇ ਸ਼ੁਰੂ ਕੀਤਾ ਸੀਗਾ ਲਾਰਡ ਕੈਰਿੰਗ ਨੇ ਸ਼ੁਰੂ ਕੀਤਾ ਸੀ 1858 ਚ ਪਹਿਲਾ ਵਾਇਸ ਰਾਏ ਬਣਿਆ ਔਰ ਇਹਨੇ ਕੀ ਨਾਲ ਸ਼ੁਰੂ ਕੀ ਕੀਤਾ ਪੋਰਟਫੋਲੀਓ ਸਿਸਟਮ ਇੰਡੀਆ ਚ ਕਿਹਨੇ ਸ਼ੁਰੂ ਕੀਤਾ ਜੀ ਲਾਰਡ ਕੈਰਿੰਗ ਨੇ ਸ਼ੁਰੂ ਕੀਤਾ ਅੱਛਾ ਲਾਰਡ ਮਿੰਟੋ ਨੂੰ ਕੀ ਬੋਲਿਆ ਜਾਂਦਾ ਫਾਦਰ ਆਫ ਕਮਿਊਨਲ ਇਲੈਕਟੋਰੇਟ ਕਮਿਊਨਲ ਇਲੈਕਟੋਰੇਟ ਆਪਾਂ ਨੇ ਕੀ ਪੜ੍ਹਿਆ ਸੀਗਾ ਦੱਸੋ ਸੈਪਰੇਟ ਇਲੈਕਟੋਰੇਟ ਦੀ ਜਦੋਂ ਗੱਲ ਹੋਈ ਸੀ ਜਦੋਂ ਪੂਨਾ ਪੈਕਟ ਆਪਾਂ ਨੇ ਪੜ੍ਹਿਆ ਸੀਗਾ ਕਮਿਊਨਲ ਅਵਾਰਡ ਦਿੱਤਾ ਸੀਗਾ ਨਾ ਤਾਂ ਉਹ ਚੀਜ਼ ਹੈ ਅੱਛਾ ਉਸ ਤੋਂ ਬਾਅਦ ਰਿਓਤਵਾੜੀ ਦੇਖੋ ਸਭ ਤੋਂ ਜ਼ਿਆਦਾ ਜਿਹੜੀ ਚੱਲ ਰਿਹਾ ਸੀਗਾ ਇੰਡੀਆ ਚ ਆਪਾਂ ਨੇ ਤਿੰਨ ਸਿਸਟਮ ਪੜ੍ਹੇ ਸੀਗੇ ਜਿਹੜਾ ਟੈਕਸ ਕਲੈਕਟ ਕਰਨ ਦੇ ਆਪਾਂ ਨੇ ਤਿੰਨ ਸਿਸਟਮ ਪੜ੍ਹੇ ਸੀ ਇੱਕ ਰਿਓਤਵਾੜੀ ਪੜ੍ਹਿਆ ਸੀਗਾ ਇੱਕ ਆਪਾਂ ਨੇ ਪਰਮਾਨੈਂਟ ਜਾਂ ਜ਼ਮੀਨਦਾਰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਇੱਕ ਆਪਾਂ ਨੇ ਪੜ੍ਹਿਆ ਸੀ ਮਹਿਲਵਾੜੀ ਇਹ ਜੋ ਸਭ ਤੋਂ ਜ਼ਿਆਦਾ ਜਿਹੜਾ ਚੱਲਦਾ ਸੀਗਾ ਉਹ ਕਿਹੜਾ ਸਾਰੇ ਏਰੀਆ ਦੇ ਵਿੱਚ ਮੋਸਟ ਪ੍ਰੋਬੈਬਲੀ 51% ਆਫ ਏਰੀਆ ਇੰਡੀਆ ਦੇ ਵਿੱਚ ਉਹ ਕਿਹੜਾ ਚੱਲਦਾ ਸੀ ਰਿਓਤ ਸਿਸਟਮ ਚੱਲਦਾ ਸੀ ਔਰ ਮਾਈਸੋਰ ਦੇ ਵਿੱਚ ਟਿੱਪੂ ਸੁਲਤਾਨ ਨੇ ਵੀ ਕਿਹੜੇ ਸਿਸਟਮ ਨੂੰ ਪ੍ਰੈਫਰੈਂਸ ਕੀਤਾ ਸੀਗਾ ਰਿਓਤਵਾੜੀ ਸਿਸਟਮ ਕਿਉਂਕਿ ਰਿਓਤਵਾੜੀ ਸਿਸਟਮ ਦੇ ਵਿੱਚ ਕਿਸਾਨਾਂ ਤੋਂ ਟੈਕਸ ਤਾਂ ਲਿਆ ਜਾਂਦਾ ਸੀਗਾ ਪਰ ਕੋਈ ਇੰਟਰਮੀਡੀਏਟਰ ਨਹੀਂ ਸੀਗਾ ਉਹਨਾਂ ਦਾ ਕਿਸੇ ਵੀ ਤਰੀਕੇ ਤੋਂ ਕੋਈ ਸ਼ੋਸ਼ਣ ਨਹੀਂ ਹੋ ਸਕਦਾ ਸੀਗਾ ਠੀਕ ਹੈ ਹਾਂਜੀ ਕੋਈ ਗੱਲ ਨਹੀਂ ਕਲੀਅਰ ਹੈ ਜੀ ਸਮਝ ਆ ਗਈ ਉਸ ਤੋਂ ਬਾਅਦ ਹੈਗਾ ਨੈਕਸਟ ਮੁੰਬਈ ਦਰਪਣ ਮੁੰਬਈ ਦਰਪਣ ਇੱਕ ਮਰਾਠੀ ਨਿਊਜ਼ ਪੇਪਰ ਸੀਗਾ ਇਹ ਬਾਲ ਸ਼ਾਸਤਰੀ ਜੀ ਨੇ ਸ਼ੁਰੂ ਕੀਤਾ ਸੀਗਾ ਔਰ ਦਿਗਦਰਸ਼ਨ ਇਹ ਵੀ ਬਾਲ ਸ਼ਾਸਤਰੀ ਜੀ ਦਾ ਨਿਊਜ਼ ਪੇਪਰ ਸੀ ਨਿਊਜ਼ ਪੇਪਰ ਦਾ ਆਪਣਾ ਇੱਕ ਅਲੱਗ ਕੀ ਬਣਿਆ ਹੋਇਆ ਜੀ ਪੇਜ ਬਣਿਆ ਹੋਇਆ ਤਾਂ ਇਹ ਜੀ ਕੁਝ ਆਪਣੇ ਇੰਪੋਰਟੈਂਟ ਫੈਕਟ ਸੀਗੇ ਆ ਦੇਖੋ ਨਿਊਜ਼ ਪੇਪਰ ਦਾ ਸਾਰਾ ਪੇਜ ਬਣਿਆ ਹੋਇਆ ਇਹ ਵੀ ਤੁਸੀਂ ਆਪਣਾ ਇੱਕ ਵਾਰ ਸਾਰਾ ਰੀਡ ਕਰਨਾ ਜਿਵੇਂ ਪਹਿਲਾ ਨਿਊਜ਼ ਪੇਪਰ ਕਿਹੜਾ ਸੀ ਕਿਹੜੇ ਕਿਹੜੇ ਇੰਪੋਰਟੈਂਟ ਨਿਊਜ਼ ਪੇਪਰ ਨੇ ਇਹ ਵੀ ਸਾਰੇ ਤੁਸੀਂ ਸਟੈਟਿਕ ਫੈਕਟਸ ਨੇ ਕਿਹਦਾ ਕਿਹੜਾ ਨਿਊਜ਼ ਪੇਪਰ ਸੀਗਾ ਇਹ ਵੀ ਤੁਸੀਂ ਪੜ੍ਹਦੇ ਆ ਇਹ ਵੀ ਪੇਪਰ ਦੇ ਵਿੱਚ ਕੁਐਸਚਨ ਪੁੱਛ ਲੈਂਦਾ ਡਾਇਰੈਕਟ ਕਿ ਇਹ ਨਿਊਜ਼ ਪੇਪਰ ਦਾ ਜਿਹੜਾ ਫਾਊਂਡਰ ਸੀਗਾ ਕਿਹੜਾ ਸੀਗਾ ਔਰ ਇਹ ਨਿਊਜ਼ ਪੇਪਰ ਦੀ ਲੈਂਗੁਏਜ ਵੀ ਤੁਸੀਂ ਧਿਆਨ ਰੱਖਣੀ ਔਰ ਕਈ ਵਾਰ ਇਹ ਵੀ ਪੁੱਛ ਲੈਂਦਾ ਕਿ ਇਹ ਨਿਊਜ਼ ਪੇਪਰ ਮੰਥਲੀ ਸੀਗਾ ਵੀਕਲੀ ਸੀਗਾ ਜਾਂ ਐਨੂਅਲੀ ਸੀਗਾ ਇਹ ਸਾਰੀਆਂ ਚੀਜ਼ਾਂ ਵੀ ਤੁਹਾਨੂੰ ਨਾਲ ਨਾਲ ਪਤਾ ਹੋਣੀਆਂ ਚਾਹੀਦੀਆਂ ਠੀਕ ਹੈ ਤਾਂ ਇਹ ਸੀਗਾ ਜੀ ਅੱਜ ਦਾ ਆਪਣਾ ਇੰਪੋਰਟੈਂਟ ਫੈਕਟਸ ਦਾ ਲੈਕਚਰ ਠੀਕ ਹੈ ਜੀ ਠੀਕ ਹੈ